ਹੇ ਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਾਪਿਆਦ ਸਤਿ ਜੁਗਾਦਿ ਸਤਿ ਹੇ ਪੀ ਸਚ ਨਾਨਕ ਹੋਸੀ ਪੀ ਸਚ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਹਰਿ ਅਵਤਾਰ ਜਗ ਮਗ ਜੋਤ ਵਿਰਾਜਹੀ ਸ੍ਰੀ ਗੁਰੂ ਗ੍ਰੰਥ ਮਜ਼ਾਰ ਗੁਰੂ ਗ੍ਰੰਥ ਸਾਹਿਬ ਸਭ ਕੇਰਾ ਜੋ ਹਮ ਰੋ ਚਹੇ ਦਰਸਨ 헤ਰਾ ਸੋ ਸਰਦਾ ਤਰ 헤ਰਣ ਕਰੇ ਪਾਪਨ ਗਨ ਕੋ ਤਤਿ ਸ਼ਿਨਹਰ ਪੂਰਨ ਦੇਖਿਓ ਆਤਮਾ ਦ્વਇ ਤੇ ਸਰਬ ਨਿਵਾਰਨ भए शांत मन संत जे हे ते पद नमो हमार बेस मारे अथह अगंति अतोले ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਸਰਵਤ ਸੰਗਤਾਂ ਗੁਰੂ ਨਾਨਕ ਦੇ ਦਰਬਾਰ ਵਿੱਚ ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਇਸ ਦਰਬਾਰ ਦੇ ਸ਼ੋਭਾ ਵਿੱਚ ਵਾਧਾ ਕਰਨ ਵਾਸਤੇ ਸਰੋਤਾ ਜਨ ਜੋ ਵੀ ਮਾਈ ਭਾਈ ਚਲ ਕੇ ਆਏ ਹੋ ਸ਼ਰਧਾ ਭਾਵਨਾ ਨਿਰਮਾਣਤਾ ਸਾਵਧਾਨਤਾ ਮੰਨ ਦੀ ਇਕਾਗਰਤਾ ਇਹ ਪੰਜ ਗੁਣ ਜਿਨ੍ਹਾਂ ਦੁਆਰਾ ਲਾਭ ਪ੍ਰਾਪਤ ਹੁੰਦਾ ਹੈ ਸਵਾਉ ਦਾਸ ਤੋਂ ਪਹਿਲਾਂ ਮਹਾਪੁਰਸ਼ਾਂ ਨੇ ਕੀਰਤਨ ਦੁਆਰਾ ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵਾਲਿਆਂ ਨੇ ਔਰ ਜੋ ਪਰਉਪਕਾਰ ਹਸਪਤਾਲ ਗੁਰੂ ਘਰਾਂ ਦੀ ਇਮਾਰਤਾਂ ਤੇ ਉਹਦੇ ਬਾਰੇ ਵੀ ਆਪ ਜੀ ਨੂੰ ਜਾਣੂ ਕਰਾਇਆ ਹੈ। ਗੁਰੂ ਕਿਰਪਾ ਕਰੇ। ਬੜੇ ਲੰਮੇ ਸਮੇਂ ਤੋਂ ਪ੍ਰਚਾਰ ਦੇ ਖੇਤਰ ਵਿੱਚ ਆਪਣੇ ਜੀਵਨ ਦਾ ਯੋਗਦਾਨ ਪਾ ਰਹੇ ਹੈ। ਈਮਾਨਦਾਰੀ ਦੇ ਨਾਲ ਵੇਖਿਆ ਜਾਏ ਵੱਡੇ ਵੱਡੇ ਲੰਗਰ ਚੱਲਦੇ ਹਨ। ਉਹ ਵੀ ਮਹਾਪੁਰਸ਼ਾਂ ਦੀ ਹੀ ਸਿੱਖ ਜਗਤ ਨੂੰ ਇਹ ਦੇਣ ਹੈ। ਔਰ ਜੇ ਸੁੰਦਰੀ ਇਮਾਰਤਾਂ ਇਤਿਹਾਸਕ ਸਥਾਨਾਂ ਦੀਆਂ ਹਨ ਉਹਦੇ ਪਿੱਛੇ ਵੀ ਕਿਸੇ ਮਹਾਪੁਰਸ਼ ਦੀ ਹੀ ਕਹਾਣੀ ਹੈ। ਇਹ ਹਰ ਖੇਤਰ ਦੇ ਅੰਦਰ ਮਹਾਪੁਰਸ਼ਾਂ ਨੇ ਆਪਣੇ ਜੀਵਨ ਦਾ ਯੋਗਦਾਨ ਪਾਇਆ ਹੈ ਰਹਿੰਦੀ ਖੁੰਦੀ ਲੋਕਾਂ ਦੀ ਗਾਲਾਂ ਖਾਣ ਦੀ ਵੀ ਡਿਊਟੀ ਸੰਤਾਂ ਦੀ ਵੀ ਹੈ ਜਿੱਥੇ ਲੰਗਰ ਚਲਾਉਣ ਦੀ ਹੈ ਇਮਾਰਤਾਂ ਬਣਾਉਣ ਦੀ ਹੈ ਸੰਸਾਰ ਤੋਂ ਬੁਰਾ ਭਲਾ ਕਹੋਣ ਦੀ ਵੀ ਡਿਊਟੀ ਮੈਂ ਸਮਝਦਾ ਇਹ ਮਹਾਪੁਰਸ਼ਾਂ ਦੇ ਹਿੱਸੇ ਹੀ ਆਈ ਹੈ ਸੋ ਆਓ ਜੋ ਗੁਰਮਤ ਨਾਲ ਜੁੜੇ ਹੋਏ ਮਹਾਪੁਰਸ਼ ਹਨ ਸਦਾ ਹੀ ਸਿੱਖ ਜਗਤ ਵਿੱਚ ਉਹਨਾਂ ਦਾ ਸਨਮਾਨ ਹੈ ਔਰ ਜਿਨ੍ਹਾਂ ਨੇ ਸਿਉਂਕ ਬਣ ਕੇ ਇਹ ਸਿੱਖੀ ਦੇ ਪੌਦੇ ਨੂੰ ਖਾਣਾ ਸ਼ੁਰੂ ਕੀਤਾ ਹੋਇਆ ਹੈ ਤੇ ਉਹ ਪਖੰਡ ਕਰਨ ਵਾਲੇ ਲੋਕਾਂ ਤੋਂ ਸਦਾ ਸचेत ਰਹਿਣ ਦੀ ਲੋੜ ਹੈ ਲੱਕੜ ਦਾ ਨੁਕਸਾਨ ਦੋ ਪਾਸੇ ਤੋਂ ਹੁੰਦਾ ਏ ਇੱਕ ਤੇ ਉਹ ਨੂੰ ਕਿਤੇ ਸ਼ੌਂਕ ਨਾ ਲੱਗ ਜਾਏ ਸ਼ੌਂਕ ਬਾਹਰੋਂ ਲੱਗਦੀ ਤੇ ਜਾਂ ਫਿਰ ਉਸ ਲੱਕੜ ਨੂੰ ਕਮਜ਼ੋਰ ਕਰਨ ਵਾਲਾ ਇੱਕ ਕੀੜਾ ਜਿਹਨੂੰ ਕਉਣ ਕਹਿੰਦੇ ਐ ਉਹ ਲੱਕੜ ਦੇ ਵਿੱਚ ਲੱਗਦਾ ਉਹ ਅੰਦਰੋਂ ਖਾਂਦਾ ਏ ਉਹ ਬਾਹਰੋਂ ਖਾਂਦਾ ਜੇ ਦੋਨਾਂ ਦੇ ਵਿੱਚ ਵੇਖੀਏ ਵੀ ਖਤਰਨਾਕ ਕੌਣ ਹੈ ਤੇ ਉਸ ਤਰ੍ਹਾਂ ਤਾਂ ਦੋਨੇ ਨੁਕਸਾਨ ਕਰਦੇ ਨੇ ਪਰ ਜਿਹੜਾ ਅੰਦਰ ਦਾ ਕੀੜਾ ਦਿਖਦਾ ਨਹੀਂ ਨਾ ਉਹ ਜਾਦੇ ਖਤਰਨਾਕ ਹੈ ਸਿਉਂਕ ਤਾਂ ਦਿਖਦੀ ਹੈ ਜਿਹੜੇ ਨਾਸਤਕ ਲੋਕ ਗੁਰਬਾਣੀ ਤੇ ਕਿੰਤੋ ਗੁਰਮਤ ਮਰਿਆਦਾ ਤੇ ਕਿੰਤੋ ਤੇ ਉਹ ਹੁਣ ਦੀ ਤਰ੍ਹਾਂ ਅੰਦਰੋਂ ਅੰਦਰ ਸਿੱਖੀ ਨੂੰ ਖੋਰਾ ਲਾ ਰਹੇ ਪਖੰਡ ਕਰਨ ਵਾਲੇ ਲੋਕ ਉਹ ਬਾਹਰ ਤੋਂ ਖਾ ਰਿਹਾ ਹੈ ਸਾਨੂੰ ਦੋਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਨਾ ਅਸੀਂ ਸਿਉਂਕ ਲੱਗਣ ਦੇਣੀ ਹੈ ਤੇ ਨਾ ਘੁੜਨ ਨੂੰ ਖਾਣ ਦੇਣਾ ਹੈ ਸੋ ਆਓ ਦਾਸ ਨੇ ਜਿੱਥੇ ਵੀਚਾਰ ਰਾਤ ਛੱਡੀ ਸੀ ਮੈਂ ਉਸੇ ਵਿਚਾਰ ਨੂੰ ਆਪ ਜੀ ਦੇ ਨਾਲ ਸਾਂਝੀ ਕਰਨਾ ਚਾਹਾਂਗਾ ਮਹਾਪੁਰਖਾ ਨੇ ਹੁਕਮ ਕੀਤਾ ਸੀ ਵੀ ਦਾਸ ਦੇ ਬਾਰੇ ਕੋਈ ਵਿਚਾਰ ਕਹੀ ਸੁਣੀ ਜਾਏ ਤੇ ਉਸ ਨੂੰ ਆਪ ਜੀ ਦੇ ਇਤਿਹਾਸਕ ਤੱਥਾਂ ਦੁਆਰਾ ਲੋਕਿਕ ਤੇ ਵੈਦਿਕ ਪਰਮਾਨ ਦੇ ਦੁਆਰਾ ਜਿੰਨਾ ਕ ਕਲ ਵਿਚਾਰ ਹੋ ਸਕੀ ਹੋਈ ਤੇ ਬਾਕੀ ਅੱਜ ਹੋਏਗੀ ਹਰ ਸ਼ਬਦ ਦੀ ਆਪਣੀ ਇੱਕ ਪ੍ਰਿਭਾਸ਼ਾ ਹੈ ਦਾਸ ਸ਼ਬਦ ਦੇ ਕਈ ਅਰਥ ਬਣਦੇ ਐ ਦਾਸ ਦਾ ਅਰਥ ਸੇਵਕ ਵੀ ਹੈ ਔਰ ਦਾਸ ਦਾ ਅਰਥ ਮੁੱਲ ਖਰੀਦਿਆ ਹੋਇਆ ਗੁਲਾਮ ਵੀ ਹੈ ਔਰ ਦਾਸ ਦਾ ਅਰਥ ਸੇਵਕ ਵੀ ਹੈ ਦਾਸ ਦਾ ਅਰਥ ਜੋ ਆਪਣੇ ਆਪ ਲਈ ਕੁਛ ਨਾ ਰਹੇ ਸਭ ਕੁਝ ਸਮਰਪਿਤ ਹੋ ਜਾਏ ਇਹ ਫਿਰ ਉਹਨੂੰ ਦਾਸ ਸ਼ਬਦ ਮਿਲਦਾ ਹੈ ਤੇ ਹੁਣ ਦਾਸ ਸ਼ਬਦ ਦਾ ਪ੍ਰਯੋਗ ਤਾਂ ਅਸੀਂ ਕਰ ਲੈਨੇ ਆਂ ਪਰ ਇਸ ਦੀ ਮਹਾਨਤਾ ਜਿਨ੍ਹਾਂ ਨੇ ਅਸਲੀ ਰੂਪ ਦੇ ਅੰਦਰ ਦਾਸਾ ਭਾਵ ਨੂੰ ਹੰਡਾਇਆ ਤੇ ਉਹਨਾਂ ਦੇ ਬਲ ਜਦੋਂ ਝਾਤ ਮਾਰਦੇ ਹਾਂ ਕਾ ਭਾਈ ਗੁਰਦਾਸ ਇੱਕ ਦਾਸ ਦਾ ਸਰੂਪ ਦੱਸਦੇ ਐ ਕਿ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ ਗੱਲਾਂ ਨਾਲ ਬਣਿਆ ਨਹੀਂ ਜਾ ਸਕਦਾ ਸਾਵਰ ਸਿਦਕ ਸ਼ਹੀਦ ਭਰਮ ਪਉ ਖੋਵਣਾ ਗੋਲਾ ਮੁਲ ਖਰੀਦਕਾਰੇ ਜੋਵਣਾ ਇਹ ਦਾਸ ਦੀ ਪ੍ਰਿਭਾਸ਼ਾ ਕੀਤੀ ਹੋਈ ਹੈ ਅਰਥ ਕੀਤੇ ਹੋਏ ਤੇ ਸਤਿਗੁਰੂ ਮਹਾਰਾਜ ਸਾਹਿਬ ਗਰੀਬ ਨਿਵਾਜ਼ ਕਿਰਪਾ ਕਰਨ ਤੇ ਭਾਈ ਸਾਹਿਬ ਭਾਈ ਨੰਦਲਾਲ ਜੀ ਅੱਜ ਆਨੰਦਪੁਰ ਸਾਹਿਬ ਦੀ ਧਰਤੀ ਦੇ ਅੰਦਰ ਕਲੰਗੀ ਵਾਲੇ ਸੇ ਦੇ ਸਤਿਗੁਰੂ ਦੇ ਬੂਹੇ ਦੇ ਅੱਗੇ ਬੈਠਾ ਹੋਇਆ ਰੋਇਆ ਜਦੋਂ ਸਾਰੇ ਸ਼ਬਦ ਮੁੱਕ ਗਏ ਇਹ ਵਿਦਵਾਨ ਵਿਦਵਾਨੀ ਦੇ ਸੁਰਦੇ ਹੋਏ ਸ਼ਬਦਾਂ ਨੂੰ ਜਾਣਦਾ ਸੀ ਸ਼ਬਦਾਂ ਦੀ ਪ੍ਰਿਭਾਸ਼ਾ ਨੂੰ ਜਾਣਦਾ ਸੀ ਪਰ ਸਿੱਖੀ ਦੇ ਵਿੱਚ ਦਾਸ ਸ਼ਬਦ ਨੂੰ ਸਮਝਣ ਦੇ ਵਿੱਚ ਕਿਤੇ ਨਾ ਕਿਤੇ ਚੂਕ ਹੋ ਗਏ ਜਦੋਂ ਸਤਗੁਰਾਂ ਨੇ ਕਿਹਾ ਮੈਂ ਨੰਦ ਲਾਲ ਹਾਂ ਤੇ ਮਹਾਰਾਜ ਕਹਿੰਦੇ ਮੈਂ ਨੂੰ ਇਸ ਘਰ ਦੇ ਅੰਦਰ ਕੋਈ ਟਿਕਾਣਾ ਨਹੀਂ ਉਹਨੇ ਮਹਿਸੂਸ ਕੀਤਾ ਕਿ ਸ਼ਬਦ ਗਲਤ ਕਿਹਾ ਗਿਆ ਮੈਨੂੰ ਕਹਿਣਾ ਚਾਹੀਦਾ ਸੀ ਕਿ ਮੈਂ ਦਾਸ ਆ ਮੈਨੂੰ ਇਹ ਨਹੀਂ ਸੀ ਕਹਿਣਾ ਚਾਹੀਦਾ ਮੈਂ ਨੰਦ ਲਾਲ ਹਾਂ ਦੂਸਰੀ ਵਾਰ ਕਿਹਾ ਕਿ ਮੈਂ ਦਾਸ ਤੇ ਸ਼ਰੀਰ ਦਾ ਨਾਮ ਨੰਦ ਲਾਲ ਹੈ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਮੈਂ ਜਿਹੜੀ ਹੈ ਇਹ ਭਾਵੇਂ ਦਾਸ ਦਾ ਲਿਵਾਸ ਪਾ ਕੇ ਹੀ ਕਿਉਂ ਨਾ ਆ ਜਾਏ ਤੇ ਫਿਰ ਵੀ ਇਸ ਘਰ ਦੇ ਅੰਦਰ ਹੋਮੀ ਦਾ ਬੁਰਕਾ ਪਾਇਆ ਹੋਇਆ ਹੈ ਤੇ ਨਾਮ ਦਾਸ ਵਰਤਿਆ ਤੇ ਪਰਵਾਨ ਨਹੀਂ ਦੋ ਵਾਰੀ ਧੋਖਾ ਖਾਣ ਤੋਂ ਬਾਅਦ ਅਨੰਦ ਲਾਲ ਸੋਚਦਾ ਹੈ ਕਿ ਮਨਾ ਅਰਬੀ ਪੜੀ ਫਾਰਸੀ ਪੜੀ ਉਰਦੂ ਪੜਿਆ ਹਿੰਦੀ ਪੜੀ ਸੰਸਕ੍ਰਿਤ ਪੜੀ ਸੰਸਾਰ ਦੀਆਂ ਪ੍ਰਚਲਿਤ ਭਾਸ਼ਾਵਾਂ ਜਿਹੜੀਆਂ ਉਹ ਪੜੀਆਂ ਔਰ ਫਿਰ ਪਰਮਾਤਮਾ ਦੀ ਦਇਆ ਦੇ ਨਾਲ ਮੈਨੂੰ 1400 ਉਲਮਾ ਨੂੰ ਜਿੱਤਣ ਦਾ ਮੌਕਾ ਵੀ ਪਰਮਾਤਮਾ ਨੇ ਦਿੱਤਾ ਮੈਂ ਆਪਣੇ ਇੱਕ ਵਿਦਿਆਰਥੀ ਦੇ ਕੋਲੋਂ ਵਿਦਵਾਨਾਂ ਦੀ ਸਭਾ ਜਿੱਤ ਦਿੱਤੀ ਹੈ ਪਰ ਮੈਨੂੰ ਤੇ ਇੰਜ ਲੱਗਿਆ ਹੈ ਕਿ ਅਨੰਦ ਲਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਿਹੜੇ ਚਾਕਰ ਨੇ ਇਥੇ ਝਾੜੂ ਮਾਰਨ ਵਾਲੇ ਤੇ ਪਾਣੀ ਟੋਣ ਵਾਲੇ ਤੋਂ ਇਹਨਾਂ ਦੇ ਬਰਾਬਰ ਨਹੀਂ ਹੈ ਤੇਰੇ ਪੱਲੇ ਕੱਖ ਵੀ ਨਹੀਂ ਤੇ ਅੱਜ ਤੇ ਬਾਤ ਬਣ ਗਈ ਪੜਿਆ ਮੂਰਖ ਆਖੀਏ ਜਿਸ ਲਬ ਲੋਭ ਅਹੰਕਾਰ ਲਬ ਲੋਭ ਤਾਂ ਨਹੀਂ ਹੰਕਾਰ ਹੈ ਕਿਤੇ ਵਿਦਿਆ ਦਾ ਆਪ ਸੂਝਵਾਨ ਗੁਰਮੁਖ ਬੈਠੇ ਉਹ ਮਾਈ ਭਾਈ ਅੱਜ ਵਿਦਿਆ ਨੇ ਆਪਣਾ ਚਮਤਕਾਰ ਦਿਖਾਇਆ ਹੈ ਵਿਦਿਆ ਨੂੰ ਤੀਸਰਾ ਨੇਤਰ ਮੰਨਿਆ ਮੇਰਾ ਇੱਕ ਵਿਦਿਆਰਥੀ ਕਾਵ ਰਚਨਾ ਵਿੱਚ ਬੜਾ ਕਾਮ ਆਵੇ ਹੋਇਆ ਹੈ ਤੇ ਉਸ ਦੀ ਰਚਨਾ ਤੇ ਮੈਂ ਸਿੱਖ ਕੌਮ ਦੇ ਬੜੇ ਵਿਦਵਾਨ ਜਿਹੜੇ ਢਾਡੀ ਸਿੰਘ ਸਹਿਬਾਨ ਆਪਣੇ ਕੰਨਾਂ ਨਾਲ ਹੀ ਕਹਿੰਦੇ ਸੁਣੇ ਕਿ 150 ਸਾਲ ਤੋਂ ਬਾਅਦ ਕੋਈ ਕਾਵਿਆ ਗ੍ਰੰਥ ਗਿਆਨੀ ਗਿਆਨ ਸਿੰਘ ਤੇ ਭਾਈ ਸੰਤੋਖ ਸਿੰਘ ਸਾਹਿਬ ਤੋਂ ਕਿਸੇ ਨੇ ਜੇ ਰਚ ਬਾਅਦ ਰਚਿਆ ਹੈ ਤੋ ਗਿਆਨੀ ਗੁਰਨਾਮ ਸਿੰਘ ਅੰਬਾਲਵੀ ਨੇ ਰਚਿਆ ਜੋ ਸਾਡੇ ਜਥੇ ਦਾ ਵਿਦਿਆਰਥੀ ਹੈ ਮੈਨੂੰ ਅੱਜ ਵੀ ਲੋੜ ਪੈ ਜਾਏ ਮੈਂ ਸ਼ਿਲਣੀ ਤੋਂ ਉਹਨੂੰ ਫੋਨ ਕਰਾਂ ਕਿ ਗੁਰਨਾਮ ਸਿੰਘ ਐਸੇ ਸਿਧਾਂਤ ਦਾ ਇੱਕ ਦੋਹਰਾ ਬਣਾ ਕੇ ਮੈਨੂੰ ਦੇ ਮੈਨੂੰ 10-15 ਮਿੰਟਾਂ ਤੋਂ ਬਾਅਦ ਉਹ ਬੱਚਾ ਫੋਨ ਕਰਦਾ ਜੀ ਉਹ ਦੋਹਰਾ ਬਣ ਗਿਆ ਤੇ ਨੋਟ ਕਰ ਲਾਓ ਮੈਂ ਇੱਕ ਦਿਨ ਉਹਨੂੰ ਕਿਹਾ ਵੀ ਇੱਕ ਸੰਸਕ੍ਰਿਤ ਦਾ ਸ਼ਬਦ ਮੈਂ ਸੁਣਿਆ ਸੀ ਉਹਦੇ ਵਿੱਚ ਉਚਾਰਨ ਚ ਮੈਨੂੰ ਲੱਗਦਾ ਵੀ ਉਹ ਸ਼ੁੱਧ ਵੀ ਨਹੀਂ ਹੈ ਔਰ ਫਿਰ ਇਹ ਵੀ ਨਹੀਂ ਪਤਾ ਚੱਲਿਆ ਉਹ ਗੀਤਾ ਦਾ ਸੀ ਜਾਂ ਕਿਸੇ ਹੋਰ ਉਹਦਾ ਕਿਸੇ ਵਿਦਵਾਨ ਤੋਂ ਸੁਣਿਆ ਸੀ ਦੋਇਦ ਲੋਚਨ ਸਰਬਜੰਗ ਤ੍ਰਹਿ ਲੋਚਨ ਵਿਦਵਾਨੰ ਸਬਤ ਲੋਚਨ ਦਰਮਾਤਮਾ ਗਿਆਨੀ ਅਨੰਤ ਲੋਚਨ ਇਸ ਕਰਕੇ ਵੀ ਮੈਨੂੰ ਇਸ ਦੋਰੇ ਤੇ ਸ਼ੱਕ ਹੈ ਵੀ ਆਪਾਂ ਕਾਹ ਨੂੰ ਬਗਾਨਾ ਮਾਲ ਵਰਤਨਾ ਤੂੰ ਇਹਦਾ ਦੂਰਾ ਆਪ ਬਣਾ ਦੇ ਤਾਂ ਕਹਿੰਦਾ ਜੀ ਸਤ ਬਚਨ 10 ਮਿੰਟਾਂ ਬਾਅਦ ਕਹਿੰਦਾ ਜੀ ਦੋਰਾ ਬਣ ਗਿਆ ਤੇ ਨੋਟ ਕਰ ਲਓ ਇਵੇਂ ਇਸ ਕਰਕੇ ਵੀ ਤੁਹਾਨੂੰ ਇਹ ਨਾ ਲੱਗੇ ਵੀ ਸ਼ਾਇਦ ਮੇਰਾ ਬਣਾਇਆ ਓਏ ਮੇਰੇ ਵਿਦਿਆਰਥੀ ਦਾ ਬਣਾਇਆ ਮੇਰਾ ਨਹੀਂ ਬਣਾਇਆ ਹੋਇਆ ਉਹ ਕਹਿੰਦੇ ਦੋਏ ਦੋ ਨੇਤਰ ਸਭਨ ਕੇ ਦੋ ਦੋ ਅੱਖਾਂ ਸਾਰਿਆਂ ਦਿਨ ਵਿਦਵਾਨੰ ਦਿਗਤੀਨ ਜਿਹੜਾ ਵਿਦਿਆ ਪੜ ਲਵੇ ਉਹਦੇ ਕੋਲ ਤੀਸਰਾ ਨੇਤਰ ਵਿਦਿਆ ਦਾ ਹੁੰਦਾ ਹੈ ਸਭਤ ਲੋਚੰਦਰ ਮਹਾਤਮਾ ਅਨੰਤ ਗਿਆਨੀ ਚੀਨ ਬ੍ਰਹਮ ਗਿਆਨੀ ਦੇ ਨੇਤਰਾਂ ਨੂੰ ਕੋਈ ਗੈਣ ਨਹੀਂ ਸਕਦਾ ਵਿਦਿਆ ਤੀਸਰਾ ਨੇਤਰ ਹੈ ਤੁਸੀਂ ਨਹੀਂ ਤੀਸਰੇ ਨੇਤਰ ਵਾਲੇ ਬੈਠੇ ਹੋ ਚੋਣ ਵੀ ਆ ਪੰਜ ਭਾਸ਼ਾ ਦੇ ਵਿੱਚ ਤਿੰਨ ਤਿੰਨ ਡਿਗਰੀਆਂ ਹਨ ਪੰਜਾਬੀ ਭਾਸ਼ਾ ਦੇ ਵਿੱਚ ਤਿੰਨ ਡਿਗਰੀਆਂ ਹਨ ਸ਼ਾਇਦ ਤੁਹਾਡੇ ਵਿੱਚ ਕਿਸੇ ਨੇ ਡਿਗਰੀਆਂ ਹਾਸਲ ਕੀਤੀਆਂ ਹੋਣ ਉਹ ਗੁਰਮੁਖ ਵੀ ਹੋ ਸਕਦਾ ਹੈ ਤੁਹਾਡੇ ਵਿੱਚ ਉਹਦੇ ਚ ਬੁੱਧੀਵਾਨੀ ਇੱਕ ਡਿਗਰੀ ਹੈ ਦੂਸਰੀ ਵਿਦਵਾਨੀ ਇੱਕ ਡਿਗਰੀ ਹੈ ਤੀਸਰੀ ਗਿਆਨੀ ਇੱਕ ਡਿਗਰੀ ਹੈ ਇਹ ਪੰਜਾਬੀ ਭਾਸ਼ਾ ਦੀਆਂ ਤਿੰਨ ਡਿਗਰੀਆਂ ਤੇ ਇਸੇ ਤਰ੍ਹਾਂ ਹਿੰਦੀ ਭਾਸ਼ਾ ਦੇ ਵਿੱਚ ਵੀ ਤਿੰਨ ਡਿਗਰੀਆਂ ਰਤਨ ਭੂਸ਼ਣ ਪ੍ਰਭাকর ਭਕੇ ਜੀ ਨੇ ਹਿੰਦੀ ਦੀ ਪ੍ਰਭাকর ਕੀਤੀ ਹੋਈ ਹੈ ਸਾਡੇ ਗਿਆਨੀ ਕਹਿੰਦੇ ਆ ਉਰਦੂ ਭਾਸ਼ਾ ਬੜੀ ਪ੍ਰਚਲਿਤ ਹੋਈ ਕਿਉਂਕਿ ਮੁਸਲਮਾਨਾਂ ਦਾ ਰਾਜ ਰਿਹਾ ਬੜੀ ਧੀਰ ਤੱਕ ਤੇ ਉਰਦੂ ਦੇ ਅੰਦਰ ਵੀ ਤਿੰਨ ਡਿਗਰੀਆਂ ਹਨ ਆਦੀਬ ਆਲਮ ਅਦੀ ਫਾਜ਼ਲ ਆਦੀਬ ਆਦੀਬ ਆਲਮ ਅਦੀ ਫਾਜ਼ਲ ਇਹ ਤਿੰਨ ਡਿਗਰੀਆਂ ਉਰਦੂ ਦੇ ਵਿੱਚ ਵੀ ਹਨ ਤਿੰਨ ਡਿਗਰੀਆਂ ਭਾਸ਼ਾ ਜਿਹੜੀ ਬੜੀ ਪ੍ਰਚਲਿਤ ਇਸਲਾਮ ਦੇ ਵਿੱਚ ਹੈ ਤੇ ਫਾਰਸੀ ਦੇ ਵਿੱਚ ਵੀ ਤਿੰਨ ਡਿਗਰੀਆਂ ਹਨ ਮੁਨਸੀ ਇੱਕ ਡਿਗਰੀ ਹੈ ਧਿਆਨ ਰਹੇ ਮੁਨਸੀ ਆਲਮ ਮੁਨਸੀ ਫਾਜ਼ਲ ਇਹ ਫਾਰਸੀ ਦੇ ਵਿੱਚ 3 ਡਿਗਰੀਆਂ ਨੇ ਇਸ ਗੱਲ ਦਾ ਮੇਰੀ ਚੱਲ ਰਹੀ ਗੱਲ ਦੇ ਨਾਲ ਗਹਿਰਾ ਸਬੰਧ ਹੈ ਇਸ ਕਰਕੇ ਮੈਂ ਆਪ ਜੀ ਨੂੰ ਬੇਨਤੀ ਕਰਨ ਲੱਗਾ ਪੰਜਵੀਂ ਭਾਸ਼ਾ ਦੀਆਂ 3 ਡਿਗਰੀਆਂ ਮੌਲਵੀ ਇੱਕ ਡਿਗਰੀ ਦਾ ਨਾਮ ਹੈ ਕਿਸੇ ਨੇ ਉਹ ਡਿਗਰੀ ਕੀਤੀ ਹੈ ਉਹਨੂੰ ਮੌਲਵੀ ਸਾਹਿਬ ਕਹੇ ਜਾਂਦਾ ਮੌਲਵੀ ਤੋ ਅੱਗੇ ਇੱਕ ਹੋਰ ਡਿਗਰੀ ਹੈ ਮੌਲਵੀ ਆ আলম ਮੌਲਵੀ ਫਾਜ਼ਲ ਮੇਰੇ ਕਹਿਣ ਦਾ ਭਾਵ ਨੰਦ ਲਾਲ ਅੱਜ ਆਨੰਦਪੁਰ ਸਾਹਿਬ ਦੀਆਂ ਪਹਾੜੀਆਂ ਵਿੱਚ ਬੈਠਾ ਉਹ ਆਪਣੀ ਕਿਸਮਤ ਨੂੰ ਰੋ ਰਿਹਾ ਤੇ ਕਹਿ ਰਿਹਾ ਮਨਾ ਇਤਨੀ ਵਿਦਿਆ ਪੜੀ ਤੇ ਘਟੇ ਵਿੱਚ ਰੁੜ ਗਈ ਕਲਗੀ ਵਾਲੇ ਦੇ ਦਰ ਦੇ ਉੱਤੇ ਵਿਦਿਆ ਆਪਣੇ ਥਾਂ ਤੇ ਭਾਵੇਂ ਕਿੰਨੀ ਮਹਾਨ ਹੋਵੇ ਤੇ ਇੱਥੇ ਤੇ ਮਹਾਨਤਾ ਸਿੱਖਾਂ ਦੇ ਵਿੱਚ ਕੁਝ ਹੋਰ ਤਰ੍ਹਾਂ ਦੀ ਹੈ ਇੱਥੇ ਤੇ ਦਾਸ ਬਣਨ ਦੇ ਵਿੱਚ ਤੇ ਮੈਨੂੰ ਤੇ ਦਾਸ ਬਣਨ ਦੀ ਯਾਤ ਨਹੀਂ ਆ ਰਹੀ ਮੈਂ ਫੇਲ ਹੋ ਗਿਆ ਤੇ ਸੋਚਦਾ ਤੇ ਮੈਂ 1400 ਆਲਮ ਫਾਜ਼ਲ ਦੀ ਡਿਗਰੀ ਵਾਲਿਆਂ ਨੂੰ ਜਿੱਤਿਆ ਔਰ ਕਲਗੀ ਵਾਲੇ ਸਤਿਗੁਰੂ ਦੇ ਦਰ ਤੇ ਆ ਕੇ ਹਾਰ ਗਿਆ ਮੈਂ ਕੋਈ ਜਿੱਤ ਤੇ ਹਾਰ ਦੀ ਭਾਵਨਾ ਨਹੀਂ ਲੈ ਕੇ ਆਇਆ ਸੀ ਮੈਂ ਤੇ ਆਪਣਾ ਈਮਾਨ ਬਚਾਉਣ ਵਾਸਤੇ ਆਇਆ ਸੀ ਮੈਨੂੰ ਸ਼ਰਨ ਮਿਲ ਜਾਏ ਸਤਿਗੁਰ ਆਇਓ ਸ਼ਰਨ ਤੁਹਾਰੀ ਮੈਨੂੰ ਉਹ ਸੁੱਖ ਮਿਲ ਜਾਏ ਕਿ ਮੇਰਾ ਧਰਮ ਬਚ ਗਿਆ ਔਰੰਗਜ਼ੇਬ ਨੇ ਮੈਨੂੰ ਛੱਡ ਨਾ ਨਾ ਮੇਰੀ ਵਿਦਿਆ ਮੇਰੀ ਦੁਸ਼ਮਣ ਬਣ ਗਈ ਕਿਤੇ ਨਾ ਕਿਤੇ ਵਿਦਿਆ ਦਾ ਹੋਮੇ ਰੂਪ ਦੇ ਸੂਖਮ ਰੂਪ ਦੇ ਅੰਦਰ ਅਹੰਕਾਰ ਅੰਦਰ ਹੈ ਸੀ ਕਿ ਮੇਰਾ ਵਿਦਵਾਨ 1400 ਨੂੰ ਵੀ ਤੇ ਜਿਸ ਵੇਲੇ ਆਨੰਦ ਲਾਲ ਨੇ ਇਹ ਗੱਲ ਕਹੀ ਰੋ ਰੋ ਕੇ ਕਹੀ ਉੱਚੇ ਕੂਕ ਕੇ ਕਹੀ ਕਲਗੀ ਵਾਲੇ ਸਤਿਗੁਰੂ ਮੈਨੂੰ ਪਤਾ ਹੀ ਨਹੀਂ ਕਿ ਮੈਂ ਕੌਣ ਹਾਂ ਤੇਰੇ ਦਰ ਤੇ ਜੋ ਆਇਆ ਇਹ ਨੂੰ ਕੁਝ ਵੀ ਨਹੀਂ ਪਤਾ ਕਿ ਮੈਂ ਕੌਣ ਹਾਂ ਮਹਾਰਾਜ ਸਾਹਿਬ ਕਹਿੰਦੇ ਫਿਰ ਹੁਣ ਤੇਰੇ ਲਈ ਬੁਹਾ ਖੁੱਲ ਗਿਆ ਕਲਗੀ ਵਾਲੇ ਸਤਿਗੁਰੂ ਨੇ ਬੁਹਾ ਖੋਲ ਦਿੱਤਾ ਇਹਨੇ ਸਤਿਗੁਰੂ ਮਹਾਰਾਜ ਦੇ ਚਰਨ ਫੜੇ ਮਾਈ ਚਰਨ ਗੁਰ ਮੀਠੇ ਵੱਡੇ ਭਾਗ ਦੇਵਿਆ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡੀਠੇ ਕਰੋਣਾ ਅਸਮੇਤ ਜਗ ਦਾ ਫਲ ਗੁਰੂ ਦੇ ਦੀਦਾਰ ਕਰਨ ਦੇ ਵਿੱਚ ਹੈ ਜੇ ਤੁਹਾਨੂੰ ਕੋਈ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੋੜਨ ਵਾਸਤੇ ਪ੍ਰਦਰਸ਼ਨੀ ਜੋੜਨ ਦੀ ਕਰਕੇ ਇਹ ਗੱਲ ਕਹੇ ਕਿ ਜੀ ਬਾਣੀ ਪੜਨ ਤੋਂ ਵੀ ਲਾਭ ਨਹੀਂ ਹੈ ਬਾਣੀ ਦਾ ਕੀਰਤਨ ਤੋਂ ਲਾਭ ਨਹੀਂ ਬਾਣੀ ਦੇ ਵਿੱਚੋਂ ਜੋ ਲਿਖਿਆ ਹੈ ਉਹ ਨੂੰ ਅਮਲ ਕਰੋ ਤਾਂ ਤੁਹਾਨੂੰ ਲਾਭ ਮਿਲੇਗਾ ਤਾਂ 100% ਦੀ ਝੂਠ ਤੇ ਗਲਤ ਬੋਲਿਆ ਗਿਆ ਹੈ ਗਲਤ ਬਿਆਨ ਹੀ ਕਰ ਦਿੱਤੀ ਗਈ ਹੈ ਅਮਲ ਕਰਨਾ ਚਾਹੀਦਾ ਮੈਂ ਇਸ ਗੱਲ ਦੇ ਪੱਖ ਵਿੱਚ ਹਾਂ ਪਰ ਇਸ ਗੱਲ ਦੇ ਪੱਖ ਵਿੱਚ ਨਹੀਂ ਕਿ ਬਾਣੀ ਪੜਨ ਦਾ ਕੋਈ ਲਾਭ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਦਾ ਲਾਭ ਨਹੀਂ ਅਸਲ ਦੇ ਵਿੱਚ ਇਹ ਵੀ ਇੱਕ ਕੋਝੀ ਚਾਲ ਹੈ ਗੁਰੂ ਗ੍ਰੰਥ ਸਾਹਿਬ ਤੋਂ ਈਮਾਨ ਉੱਠ ਜਾਏ ਦਰਸ਼ਨਾਂ ਦਾ ਲਾਭ ਵੀ ਹੈ ਗੁਰੂ ਦੇ ਦਰਸ਼ਨਾਂ ਦੀ ਬਾਤ ਹੈ ਮੈਂ ਵਿਧ ਪ੍ਰੂਫ ਗੱਲ ਕਰਾਂਗਾ ਆਪ ਜੀ ਦੇ ਨਾਲ ਕੋਈ ਇਹ ਨਹੀਂ ਆ ਵੀ ਕਲਪਨਾ ਦੇ ਆਧਾਰ ਤੇ ਕਰਦੇ ਆ ਤੇ ਉਹ ਲੋਕ ਜਿਹੜੇ ਤੋੜਨ ਵਾਲੇ ਨੇ ਇੱਕ ਪ੍ਰਮਾਣ ਦੇਣ ਦਿਨ ਕਿ ਨੇ ਸਤਿਗੁਰੂ ਨੂੰ ਸਭ ਕੋ ਵੇਖਦਾ ਜੇ ਤਾਂ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਹੁਣ ਪ੍ਰਭਾਵ ਪਏਗਾ ਕਿ ਗੁਰਬਾਣੀ ਦਾ ਸ਼ਬਦ ਹੈ ਗੁਰੂ ਕਹਿ ਰਿਹਾ ਹੈ ਦੇਖਣ ਦੇ ਨਾਲ ਕੁਝ ਵੀ ਨਹੀਂ ਮਿਲਦਾ ਇਸ ਕਰਕੇ ਉਹ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਦਰਸ਼ਨ ਕਰਨ ਦੇ ਨਾਲ ਕੁਝ ਨਹੀਂ ਮਿਲੇਗਾ ਫਿਰ ਉਹਨਾਂ ਨੇ ਤਿੰਨ ਚਾਰ ਪਰਮਾਨ ਕਿ ਤੁਹਾਨੂੰ ਖਾਣਾ ਦਿਖਾ ਦਿੱਤਾ ਜਾਏ ਦੱਸੋ ਤੁਹਾਡਾ ਢੇਰ ਪਰ ਜਾਏਗਾ ਤੁਸੀਂ ਕਹੋਗੇ ਨਹੀਂ ਜੀ ਪਿਆਸ ਲੱਗੀ ਤਾਂ ਤੁਹਾਨੂੰ ਪਾਣੀ ਦਿਖਾ ਦਿੱਤਾ ਜਾਏ ਤੁਹਾਨੂੰ ਪਿਆਸ ਵਜਿਖ ਤੁਸੀਂ ਕਹੋਗੇ ਜੀ ਨਹੀਂ ਫਿਰ ਇਸੇ ਤਰ੍ਹਾਂ ਗੁਰੂ ਦੇ ਦਰਸ਼ਨ ਕਰਨ ਨਾਲ ਕੁਝ ਨਹੀਂ ਮਿਲਦਾ ਤੁਸੀਂ ਮੰਨ ਜਾਓਗੇ ਵੀ ਗਿਆਨੀ ਇਹ ਆ ਜਾ ਕਦੇ-ਕਦੇ ਸਾਡੇ ਕੋਲ ਆਉਂਦੇ ਤੇ ਗੱਲਾਂ ਬੜੀਆਂ ਕੰਮ ਦੀਆਂ ਕਰ ਗਿਆ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਤੁਹਾਡੀ ਭਾਵਨਾ ਨੂੰ ਕਿਸ ਤਰੀਕੇ ਦੇ ਨਾਲ ਕਤਲ ਕਰ ਗਿਆ ਉਹ ਇਹੋ ਦੇ ਕਾਤਲ ਲੋਕਾਂ ਤੇ ਤੁਹਾਨੂੰ ਬਚਣਾ ਪਏਗਾ ਇਹ ਗੱਲ ਸੱਚ ਹੈ ਕਿ ਵੇਦਾਂ ਦਾ ਦਰਸ਼ਨ ਕਰਨ ਦੇ ਨਾਲ ਵੇਦਾਂ ਦਾ ਦਰਸ਼ਨ ਕਰਨ ਵਾਲੇ ਨੂੰ ਕੱਖ ਵੀ ਨਹੀਂ ਮਿਲਦਾ ਗੀਤਾ ਦਾ ਦਰਸ਼ਨ ਕਰੇ ਕੁਰਾਨ ਅੰਜੀਲ ਤੌਰਾਇਤ ਜ਼ਮੂਰ ਦੇ ਦਰਸ਼ਨ ਕਰੇ ਵਹਿਬਲ ਦੇ ਦਰਸ਼ਨ ਕਰੇ ਨਹੀਂ ਕੁਝ ਮਿਲਦਾ ਜਿੰਨੀ ਦੇਰ ਤੱਕ ਉਹਨਾਂ ਨੂੰ ਪੜ ਲਵੇ ਅਰ ਪੜ ਕੇ ਅਮਲ ਕਰ ਲਵੇ ਤਾਂ ਫਿਰ ਇਹ ਕੁਝ ਉਹਦੇ ਪੱਲੇ ਪਏਗਾ ਤੇ ਮੈਨੂੰ ਕਦੇ-ਕਦੇ ਲੱਗਦਾ ਹੈ ਕਿ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਧਰਮ ਵਿੱਚ ਇਹ ਕਮਜ਼ੋਰੀਆਂ ਹਨ ਜਿਨ੍ਹਾਂ ਦੇ ਵੇਦਾਂ ਦਾ ਦਰਸ਼ਨ ਕਰਨ ਤੋਂ ਕੁਝ ਨਹੀਂ ਮਿਲਦਾ ਉਹਨਾਂ ਲੋਕਾਂ ਨੇ ਕੁਝ ਲੋਕ ਪਲਾਂਟ ਕਰ ਲਏ ਤੇ ਸਾਡੇ ਵੀ ਸਿੱਖੀ ਦਾ ਲਿਵਾਸ ਪਾ ਕੇ ਬਾੜ ਦਿੱਤੇ ਕਿ ਤੁਸੀਂ ਵੀ ਇਹ ਗੱਲ ਕਹਿਣਾ ਸ਼ੁਰੂ ਕਰ ਦੋ ਕਿ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਦਾ ਵੀ ਕੋਈ ਲਾਭ ਨਹੀਂ ਹੈ ਤਾਂ ਕਿ ਗੱਲ ਬਰਾਬਰ ਹੋ ਜਾਏ ਇਹਨੂੰ ਕਿਹਾ ਜਾ ਸਕਦਾ ਬ੍ਰਾਹਮਣਵਾਦ ਦਾ ਪ੍ਰਚਾਰ ਇਹ ਸਿੱਖੀ ਦਾ ਪ੍ਰਚਾਰ ਨਹੀਂ ਹੁਣ ਵਿਧ ਪ੍ਰੂਫ ਤੁਹਾਡੇ ਕੋਲ ਇਥੇ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਹੁੰਦੀ ਹੈ ਸ਼ਾਮ ਨੂੰ ਬਹੁਤ ਵੱਡਾ ਭੰਡਾਰਾ ਹੈ ਇਸ ਵਿੱਚ ਇਹ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਦੁੱਧ ਦੇ ਵਿੱਚ ਕਿਤੇ ਨਾ ਕਿਤੇ ਘਾਹ ਫੂਸ ਦੇ ਢੱਕੇ ਡਗੇ ਹੋਏ ਆ ਤੇ ਕੁਇੰਟਲਾਂ ਦੇ ਹਿਸਾਬ ਸੇ ਦੁੱਧ ਪਿਆ ਹੋਵੇ ਤੇ ਜੇ ਚਾਰ ਢੱਕੇ ਉਹਦੇ ਚ ਡਗੇ ਤੇ ਉਹਨੂੰ ਛਾਲਣੀ ਲਾਦੇ ਉਹਦੀ ਕੀ ਗੱਲ ਹੈ ਫੇ ਸਾਰਾ ਹੀ ਦੁੱਧ ਢੋਲ ਦੇਣਾ ਬਈ ਕੌਣ ਕਹੇਗਾ ਅਕਲ ਵਾਲਾ ਕਿ ਦੁੱਧ ਇੰਨਾ ਢੋਲ ਦਿਓ ਕਿਉਂਕਿ ਇਹਦੇ ਵਿੱਚ ਪੱਤੇ ਪਏ ਦੇ ਇਹਦੇ ਵਿੱਚ ਢਕੇ ਪਏ ਗਏ ਛਾਣ ਦਿਓ ਚਾਰਾ ਲਾ ਦੇਓ ਕਿਸਵੱਟੀ ਤੇ ਪਰਖ ਲਓ ਭਾਈ ਸਾਹਿਬ ਲਿਖਦੇ ਨਾ ਕਹਿੰਦੇ বেদ ਸ਼ਾਸਤਰ ਕੇ ਅਰਥ ਸੁਣ ਧਿਆਨ ਨਾਲ ਸੁਣਿਓ ਗੱਲ বেদ ਚਾਰੇ ਸ਼ਾਮ বেদ ਰਿਗ ਵੇਦ ਯजु ਵੇਦ ਅਥਰਵ ਵੇਦ ਸ਼ਾਸਤਰ ਸਾਂਖ ਨਿਆਇ ਵਿਸ਼ੇਖਪੁਰ ਮਾਸਾ ਪਤੰਜਲੀ ਵਿਦਾਂਤ ਇਹ ਛੇ ਸ਼ਾਸਤਰ ਜਿਨ੍ਹਾਂ ਨੂੰ ਸੋਲੇ ਨਾਮ ਦੀ ਬਾਣੀ ਚ ਰੋਜ਼ ਪੜ੍ਹਦੇ ਐ ਛੇ ਅਕਰ ਛੇ ਗੁਰ ਛੇ ਉਪਦੇਸ਼ ਛੇ ਵੀ ਨਹੀਂ ਕਹਿਣਾ ਛੇ ਆਵ ਨਹੀਂ ਕਹਿਣਾ ਆੜਾ ਤੇ ਕੰਨਾ ਬਣਾ ਲਾ ਬੈਠਿਓ ਤੇ ਉਹ ਲਾਮ ਬਣਾ ਲਾ ਦਿਓ ਸੁੱਧ ਉਚਾਰਨ ਕਰਨ ਦੇ ਵਿੱਚ ਐੜਾ ਮੁਕਤਾ ਬੋਲਣਾ ਹੈ ਬਾਣੀ ਸੌਖੀ ਨਹੀਂ ਹੈ ਪਹਿਲਾਂ ਪਾਠ ਬੋਧ ਫਿਰ ਅਰਥ ਬੋਧ ਫਿਰ ਆਤਮਾ ਦਾ ਬੋਧ ਹੈ ਇਹ ਛੇ ਸ਼ਾਸਤਰਾਂ ਦੀ ਹੀ ਗੱਲ ਕੀਤੀ ਹੋਈ ਹੈ ਵੇਦ ਸ਼ਾਸਤਰ ਕੇ ਅਰਥ ਸੁਣ ਜਦਪ ਵਿਚਾਰ ਹੈ ਧਾਰ ਇਹਨਾਂ ਤੋਂ ਤਾਂ ਫਲ ਮਿਲੇਗਾ ਜੇ ਇਹਨਾਂ ਵੇਦ ਸ਼ਾਸਤਰਾਂ ਦੇ ਅਰਥਾਂ ਨੂੰ ਪਹਿਲਾਂ ਸਿੱਖੋ ਫਿਰ ਧਾਰਨ ਕਰੋ ਫਿਰ ਸਮਝ ਲਓ ਵੀ ਵੇਦਾਂ ਦੇ ਕੋਲੋਂ ਕੋ ਲਾਭ ਪ੍ਰਾਪਤ ਹੋ ਗਿਆ ਪਰ ਭਾਈ ਸਾਹਿਬ ਕਹਿੰਦੇ ਭਾਈ ਸਾਹਿਬ ਜੀ ਕਹਿੰਦੇ ਨਾ ਬਰਮ 베ਤੇ ਇਹ ਗੁਰੂ ਕੇ ਸਿੱਖੋ ਦੇਖਿਓ ਕਿਤੇ ਵੇਦਾਂ ਸ਼ਾਸਤਰਾਂ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਨਾ ਸਮਝ ਲਿਓ ਵੇਦ ਸ਼ਾਸਤਰ ਕੇ ਅਰਥ ਸੁਣ ਜਦ ਪ ਵਿਚਾਰੈ ਧਾਰ ਸ੍ਰੀ ਗੁਰੂ ਗ੍ਰੰਥ ਬਿ ਲੋਕ ਤੇ ਬਲੋਕ ਦੇ ਦਾ ਅਰਥ ਦਰਸ਼ਨ ਕਰਨੇ ਪਾਵੈ ਗੋ ਫਲ ਚਾਰ ਗੁਰੂ ਗ੍ਰੰਥ ਸਾਹਿਬ ਦੀ ਦੀਦਾਰ ਕਰਨ ਦੇ ਨਾਲ ਕਰੋੜਾਂ ਜਨਮਾਂ ਦੇ ਸੈਂਕੜੇ ਜਨਮਾਂ ਦੇ ਪਾਪ ਕਰਮ ਨਿਮਿਰਤ ਹੋ ਜਾਂਦੇ ਨੇ ਹੋਵੇ ਸੇਵਤ ਖਸਮ ਦੀ ਨੂਰ ਅਰਸਹੁ কুরਸੋਂ ਛੱਟੀ ਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਇਹ ਉਹ ਗੁਰੂ ਐ ਜਿਹਦੇ ਕਿਉਂਕਿ ਗੁਰਤਾ ਗੱਦੀ ਦਾ ਮਾਲਕ ਐ ਬਾਕੀ ਦੇ ਗ੍ਰੰਥ ਗ੍ਰੰਥਨ ਇਹ ਗੁਰੂ ਐ ਗੁਰੂ ਦੇ دیدار ਕਰਨ ਦਾ ਵੀ ਲਾਭ ਐ ਇਸ ਕਰਕੇ ਹੁਣ ਭਾਈ ਨੰਦ ਲਾਲ ਜੀ ਨੂੰ دیدار ਹੋ ਗਏ ਸ਼ਹਿਨशाह ਦੇ ਅਰ ਫਿਰ ਜੋ ਉਹਨਾਂ ਦੀ ਰਚਨਾ ਹੈ ਜੋ ਉਹਨਾਂ ਨੂੰ ਸਤਿਗੁਰੂ ਮਹਾਰਾਜ ਸਾਹਿਬ ਨੇ ਸਨਮਾਨ ਬਖਸ਼ਿਆ ਉਹ ਬਾਤ ਦੀ ਬਾਤ ਹੈ ਇੱਕ ਇਮਤਿਹਾਨ ਦੇ ਵਿੱਚ ਥੋੜੇ ਜੇ ਨੰਬਰ ਲੈ ਲੈਣ ਅੱਜ ਦਾਸਾ ਭਾਵ ਦੇ ਥੋੜਾ ਜਾਂ ਨੇੜੇ ਹੋ ਗਿਆ ਹੈ ਮਹਿਸੂਸ ਕਰਨ ਲੱਗਾ ਮੈਂ ਸਿੱਖਾਂ ਵਿੱਚ ਬਹਿਣ ਜੋਗੀ ਥਾਂ ਬਣਾ ਲਈ ਹੈ ਗੁਰੂ ਦੀ ਕਿਰਪਾ ਦੇ ਨਾਲ ਉਹਨੇ ਭਾਈ ਦਇਆ ਸਿੰਘ ਜੀ ਦਾ ਉਹਨਾਂ ਨੇ ਇਹੋ ਜੇ ਗੁਰਮਖੰਡਾ ਸਤਕਾਰ ਕੀਤਾ ਮੈਂ ਗੁਰਸਿੱਖੋ ਤੁਹਾਡੇ ਵਿੱਚ ਰਹਿਣ ਵਹਿਣ ਜੋਗੀ ਜਗ੍ਹਾ ਮੈਨੂੰ ਗੁਰੂ ਨੇ ਦੇ ਦਿੱਤੀ ਐ ਮੈਨੂੰ ਆਗਿਆ ਦੇ ਦਿੱਤੀ ਤੂੰ ਰਹਿ ਸਕਦਾ ਔਰ ਤੇਰੇ ਧਰਮ ਨੂੰ ਇੱਥੇ ਕੋਈ ਖਤਰਾ ਵੀ ਨਹੀਂ ਹੈ ਮੈਂ ਸ਼ੁਕਰ ਕੀਤਾ ਮੈਂ ਦੀਜਾ ਥਾਂ ਧਰਮ ਸਾਧ ਦੇ ਇਹ ਮੈਨੂੰ ਜਗ੍ਹਾ ਮਿਲ ਗਈ ਐ ਧਰਮ ਸਾਲ ਵਿੱਚ ਲੈ ਗਈ ਗੁਰੂ ਸ਼ਰਨ ਵਿੱਚ ਆ ਗਿਆ ਇੱਕ ਦਿਨ ਦਾ ਵਾਕਿਆ ਹੈ ਭਾਈ ਨੰਦ ਲਾਲ ਜੀ ਜਿਉਂ-ਜਿਉਂ ਗੁਰੂ ਦੇ ਕੋਲ ਬੈਠਦੇ ਨੇ, ਰੋਜ਼ ਆਉਂਦੇ ਨੇ, ਰੋਜ਼ ਜਾਂਦੇ ਨੇ, ਗੁਰੂ ਦੇ ਦਰਸ਼ਨ ਕਰਦੇ ਐ। ਬੰਦਗੀ ਵਾਲੇ ਸਤਪੁਰਸ਼ ਉਹ ਤਾਂ ਆਪ ਖੁਦ ਅਕਾਲ ਪੁਰਖ ਦਾ ਪੁੱਤਰ ਐ, ਮੈਂ ਆਪਣਾ ਸੁਤ ਤੋਹੇ ਨਿਭਾ ਜਾ, ਉਹਦੀ ਤਾਂ ਗੱਲ ਹੀ ਛੱਡਦੇ ਹੋ। ਇੱਕ ਬੰਦਗੀ ਵਾਲਾ ਮਹਾਪੁਰਸ਼ ਬਿਲਕੁਲ ਨਾ ਬੋਲੇ, ਉਹਦੇ ਕੋਲ ਬੈਠਣ ਦੇ ਨਾਲ ਉਹਦੀ ਇਕਾਗਰਤਾ ਉਦੀ ਇਕਾਗਰਤਿਆਂ ਦੀਆਂ ਊਰਜਾਂ ਸਾਡੇ ਮੈਲੇ ਮਨ ਦੇ ਉੱਤੇ ਪੈ ਪੈ ਕੇ ਉਹਨੂੰ ਮਨ ਨੂੰ ਪਵਿੱਤਰ ਕਰਦੀਆਂ ਤੇ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਇਸ ਇਕਾਗਰਤਾ ਦਾ ਸੰਚਾਰ ਸਾਡੇ ਅੰਦਰ ਹੋ ਰਿਹਾ ਹੈ। ਦਰਸ਼ਨ ਦਾ ਫਲ ਹੈ। ਤੇ ਗੁਰੂ ਦੇ ਰੋਜ਼-ਰੋਜ਼ ਦੀਦਾਰ ਤੇ ਮਨ ਦੀ ਮੈਲ ਉਤਰਦੀ ਗਈ ਤੇ ਨਿਮਰਤਾ ਵਿੱਚ ਆਉਂਦੇ ਗਏ। ਤੇ ਅੱਜ ਇੱਕ ਕਰੜਾ ਇਮਤਿਹਾਨ ਭਾਈ ਸਾਹਿਬ ਦੇ ਸਾਹਮਣੇ ਆ ਗਿਆ। ਉਹ ਕੀ ਹੋਇਆ? ਕਿ ਸ਼ੈਨ ਸ਼ਾਹ ਪ੍ਰਸ਼ਾਦਾ ਛਕਣ ਲੱਗੇ ਆ। ਮਹਾਰਾਜ ਸਾਹਿਬ ਜੀ ਦੇ ਲਾਂਗਰੀ ਨੇ ਪ੍ਰਸ਼ਾਦਾ ਲਿਆ ਆਂਦਾ ਗਰੀਬ ਨਵਾਜ਼ ਦੇ ਕੋਲ। ਤੇ ਅਚਾਨਕ ਹੀ ਸਾਹਮਣੇ ਇੱਕ ਕੁੱਤਾ ਆ ਕੇ ਬਹਿ ਗਿਆ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਪੰਜਵੇਂ ਜਾਮੇ ਦੇ ਵਿੱਚ ਵੀ ਇੱਕ ਕੁੱਤਾ ਸੀ ਪਿਸਤਾ ਉਹਦਾ ਨਾਮ ਸੀ ਉਹਦਾ ਪ੍ਰਸੰਗ ਤੁਸੀਂ ਸੁਣਿਆ ਹੋਵੇਗਾ ਗੁਰਪ੍ਰਤਾਕ ਦੇ ਅੰਦਰ। ਮਹਾਰਾਜ ਸਾਹਿਬ ਦੇ ਪਲੰਗੇ ਦੇ ਹੇਠ ਬੈਠਾ ਰਹਿੰਦਾ ਸੀ ਗੁਰੂ ਸਾਹਿਬ ਸਰਬ ਵਿਆਪਕ ਪਰਮਾਤਮਾ ਨੂੰ ਦੇਖਦੇ ਆ ਨਜ਼ਾਦਰ ਕਿਸੇ ਕੁੱਤੇ ਦਾ ਵੀ ਨਹੀਂ ਕਰਦੇ ਮਰਯਾਦਾ ਖਾਲਸੇ ਦੀ ਨਿਰਾਲੀ ਰੱਖੀ ਹੈ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕੁੱਤੇ ਬਲ ਵੇਖਿਆ ਉਹਦੀ ਐਡੀ ਸਾਰੀ ਜੀਵ ਬਾਹਰ ਨੂੰ ਲਮਕਦੀ ਹੈ ਕਿਉਂਕਿ ਜਿੰਨੇ ਵੀ ਮਾਸ ਖਾਣ ਵਾਲੇ ਜੀਵਨ ਇਹਨਾਂ ਨੂੰ ਮੂੰਹ ਅੜ ਕੇ ਆਕਸੀਜਨ ਲੈਣੀ ਪੈਂਦੀ ਹੈ ਨਾਸਾਂ ਦੀ ਨਹੀਂ ਜਾਂਦੀ ਇਹਨਾਂ ਦੇ ਇੱਕ ਫਰਕ ਰੱਖਿਆ ਹੋਇਆ ਵੀ ਤੁਹਾਡੇ ਚ ਸ਼ਾਕਾਹਾਰੀ ਕੌਣ ਨੇ ਤੇ ਮਾਸਾਹਾਰੀ ਕੌਣ ਉਹਨਾਂ ਦੇ ਪਾਣੀ ਪੀਣ ਦਾ ਤਰੀਕਾ ਵੀ ਜਿਹੜਾ ਸ਼ਾਕਾਹਾਰੀ ਤੇ ਮਾਸਾਹਾਰੀ ਦੇ ਅਲੱਗ-ਅਲੱਗ ਕੀਤਾ ਰੱਬ ਨੇ ਤੇ ਜਿਵੇਂ ਨਲਕੇ ਦੀ ਬੋਕੀ ਪਾਣੀ ਚੱਕਦੀ ਐ ਉਹ ਨੋ ਜੀਬ ਦਾ ਬਾਦਸ਼ਾਹ ਬਣਾ ਕੇ ਇਸ ਤਰ੍ਹਾਂ ਚੱਕਣਗੇ ਮਚਾ ਕੇ ਮਾਰ ਕੇ ਦੂਸਰੇ ਡੀਕ ਲਾ ਕੇ ਪੀਣਗੇ ਇਹ ਬੁਨਿਆਦੀ ਫਰਕ ਰੱਖਿਆ ਹੋਇਆ ਉਹ ਕੁੱਤਾ ਸਾਹਮਣੇ ਜੀਬ ਉਹਦੀ ਨਿਕਲੀ ਹੋਈ ਹੈ ਇੱਕ ਭੋਲ ਨਹੀਂ ਸਕਦਾ ਭੁੱਖ ਲੱਗੀ ਆ ਕੁੱਤੇ ਨੂੰ ਪਰ ਜ਼ੁਬਾਨ ਨਹੀਂ ਹੈ ਕਿ ਉਹ ਕਹੇ ਕਿ ਮੈਨੂੰ ਜੀ ਰੋਟੀ ਦੀ ਲੋੜ ਹੈ ਦੋ ਰੋਟੀਆਂ ਮਹਾਰਾਜ ਸਾਹਿਬ ਦੇ ਥਾਲ ਦੇ ਵਿੱਚ ਪਈਆਂ ਕਲਗੀ ਵਾਲੇ ਦੇ ਹਜ਼ੀਰ ਹਜ਼ੂਰ ਗਰੀਬ ਨਵਾਜ਼ ਨੇ ਆਪਣੀ ਇੱਕ ਰੋਟੀ ਲਈ ਉਹਦੇ ਦੋ ਟੁਕੜੇ ਕੀਤੇ ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਦਰਵੇਸ਼ ਮੈਂ ਤਾਂ ਜੇ ਸਾਰੀਆਂ ਵੀ ਰੋਟੀਆਂ ਤੈਨੂੰ ਪਾ ਦਾਂ ਮੇਰੇ ਵਾਸਤੇ ਹੋਰ ਲਿਆਉਣਗੇ ਵੀ ਸ਼ਹਿਦ ਤੈਨੂੰ ਨਹੀਂ ਕਿਸੇ ਨੇ ਪੁੱਛਣਾ ਤੇ ਭਗਾ ਕੇ ਅੱਧੀ ਰੋਟੀ ਮਾਰੇ ਨੇ ਕੁੱਤੇ ਦੇ ਅੱਗੇ ਮਾਰੀ ਤੇ ਸ਼ਹਿਨ ਸ਼ਾਦਾ ਸੀਤ ਪ੍ਰਸ਼ਾਦ ਕੁੱਤੇ ਦੇ ਪਤਾ ਨਹੀਂ ਕਿੰਨੇ ਜਨਮਾਂ ਦੇ ਕਰਮ ਜਾ ਕੇ ਉਹ ਕਲਗੀ ਵਾਲੇ ਦਾ ਸ਼ੁਕਰਾਨਾ ਕਰਕੇ ਕੁੱਤਾ ਰੋਟੀ ਖਾਣੇ ਸ਼ੁਰੂ ਕਰ ਦਿੱਤੀ ਉਹਨੇ ਭਾਈ ਨੰਦ ਲਾਲ ਤੋਂ ਰਹਾ ਨਾ ਗਿਆ ਕੁੱਤੇ ਦੇ ਉੱਤੇ ਪੈਰ ਹੀ ਦ੍ਰਿਸ਼ਟੀ ਭਾਈ ਸੱਵਣ ਨੇ ਸੋਚਿਆ ਵੀ ਇਹ ਦ੍ਰਿਸ਼ਟੀ ਜਿਹੜੀ ਕੁੱਤੇ ਤੇ ਪਈ ਹੈ ਨੰਦ ਲਾਲ ਤੇਰੇ ਤੇ ਨਹੀਂ ਪਈ ਇਹ ਤਾਂ ਤੇਰੇ ਤੇ ਪੈਣੀ ਚਾਹੀਦੀ ਸੀ ਨਿੱਕਾ ਜਿਹਾ ਬੱਚਾ ਵੀ ਨਾ ਤੇ ਦੂਸਰੇ ਬੱਚੇ ਨੂੰ ਮਾਂ ਕਿਤੇ ਗੋਦ ਵਿੱਚ ਪਿਓ ਕਿਤੇ ਆਪਣੇ ਗੋਦ ਵਿੱਚ ਪਾ ਲਏ ਉਹ ਨਾਟਕ ਆ ਕੇ ਕਹਿੰਦਾ ਵੀ ਮੇਰਾ ਹੱਕ ਹੈ ਇਹਦੇ ਵਿੱਚ ਤੇ ਭਾਈ ਨੰਦ ਲਾਲ ਨੂੰ ਥੋੜਾ ਜਿਹਾ ਮਹਿਸੂਸ ਹੋਇਆ ਤੇ ਹੱਥ ਜੋੜ ਕੇ ਕਹਿੰਦਾ ਗਰੀਬ ਨਿਵਾਜ਼ ਮਾਰੇ ਕਹਿੰਦੇ ਹਾਂ ਭਾਈ ਸਾਹਿਬ ਕਹਿੰਦੇ ਅੱਧੀ ਰੋਟੀ ਕੁੱਤੇ ਨੂੰ ਪਾ ਦਤੀ ਮਾਰੇ ਕਹਿੰਦੇ ਹਾਂ ਕਹਿੰਦੇ ਅੱਧੀ ਰੋਟੀ ਜਿਹੜੀ ਪਈ ਹੈ ਇਹ ਦੂਸਰੇ ਕੁੱਤੇ ਨੂੰ ਵੀ ਪਾ ਦਿਓ ਕੁੱਤਾ ਇੱਕ ਹੋਰ ਵੀ ਤੇ ਬੈਠਾ ਇਸ ਤੋਂ ਵੱਡਾ ਨਿਮਰਤਾ ਦਾ ਪ੍ਰਤੀਕ ਸ਼ਬਦ ਨਹੀਂ ਹੋ ਸਕਦਾ ਗੁਰੂ ਪਿਆਰਿਓ। ਭਰੀ ਸੰਗਤ ਦੇ ਅੰਦਰ 1400 ਅਲਮਾਉ ਨੂੰ ਜਿੱਤਣ ਵਾਲਾ ਵਿਦਵਾਨ ਕਹਿੰਦਾ ਮੈਂ ਤੇਰੇ ਦਰ ਦਾ ਕੁੱਤਾ ਹਾਂ। ਔਰ ਕਬੀਰ ਨੇ ਵੀ ਕਿਸੇ ਰੰਗ ਵਿੱਚ ਆ ਕੇ ਰੱਬ ਨੂੰ ਕਹਿ ਦਿੱਤਾ ਸੀ ਕਬੀਰ ਕੂਕਰ ਨਾਮ ਕੋ ਮੁਤੀਆ ਮੇਰੋ ਨਾਮ ਗਲੇ ਹਮਾਰੇ ਜੇਬਰੀ ਜਹ ਖਿੰਚੇ ਤਾ ਜਾਓ। ਕਬੀਰ ਕੂਕਰ ਨਾਮ ਕੋ ਮੈਂ ਰਾਮ ਦਾ ਕੁੱਤਾ ਹਾਂ ਤੇ ਮਹਾਰਾਜ ਸਾਹਿਬ ਜੀ ਗੰਭੀਰ ਹੋ ਗਏ ਰੋਟੀ ਖਾਣੀ ਬੰਦ ਕਰ ਦਿੱਤੀ ਤੇ ਮਹਾਰਾਜ ਨੇ ਸਾਰੇ ਹੀ ਧਿਆਨ ਨੰਦ ਲਾਲ ਤੇ ਕੇਂਦਰਿਤ ਕਰਕੇ ਕਹਿਣ ਲੱਗੇ ਕਿਹੜੇ ਕੁੱਤੇ ਦੀ ਗੱਲ ਕਰਦਾ ਹੈ ਤੂੰ ਕੌਣ ਹੈ ਕੁੱਤਾ ਹੈ ਮਹਾਰਾਜ ਆ ਤੁਹਾਡਾ ਦਾਸ ਕੁੱਤਾ ਨਹੀਂ ਨਾ ਤੁਹਾਡੇ ਦਰ ਦਾ ਕੁੱਤਾ ਹੈ ਮਾਰੇ ਕਹਿੰਦੇ ਨਹੀਂ ਮੈਂ ਸਵੀਕਾਰ ਨਹੀਂ ਕਰਦਾ ਕਿ ਤੂੰ ਕੁੱਤਾ ਹੈ ਇਰੇ ਚ ਕੁੱਤੇ ਵਾਲੇ ਗੁਣ ਨਹੀਂ ਹਨ ਵੱਡੀ ਕਸਵਟੀ ਦਾਸ ਦੀ ਗੱਲ ਬਹੁਤ ਔਖੀ ਬਾਤ ਹੈ ਗੁਰੂ ਪਿਆਰਿਓ ਮਹਾਰਾਜ ਸਾਹਿਬ ਜੀ ਪ੍ਰਸ਼ਾਦਾ ਛਕਦੇ ਅੱਜ ਅੱਗ ਦੇ ਚ ਪਾ ਦਤੈ ਸੋਨੇ ਨੂੰ ਕਸਵਟੀ ਲੱਗਣ ਲੱਗੀ ਆ ਕੁਠਾਲੀ ਚ ਢਾਲਣ ਲੱਗੇ ਨਾ ਅਹਿਰਣ ਜਿਉ ਸਿਰ ਦੀ ਗੱਲ ਹੋਣ ਲੱਗੀ ਹੈ ਹਸਲੀ ਸਿਰ ਜਿਉ ਅੰਕਸ ਹੈ ਅਹਿਰਣ ਜਿਉ ਸਿਰ ਦੇ ਮਾਰੇ ਕਹਿੰਦੇ ਤੂੰ ਕੁੱਤਾ ਕਿਵੇਂ ਹੋ ਸਕਦਾ ਦੇਖ ਨੰਦ ਲਾਲ ਉਹ ਸਾਹਮਣੇ ਕੁੱਤਾ ਹੈ ਮੈਂ ਡੰਕੇ ਦੀ ਚੋਟ ਨਾਲ ਕਹਿੰਨਾ ਕਿ ਇਹ ਕੁੱਤਾ ਹੈ ਇਹਦੇ ਵਿੱਚ ਕੁੱਤੇ ਵਾਲੇ ਗੁਣ ਕਿਉਂਕਿ ਕੁੱਤਾ ਜੋ ਹੁੰਦਾ ਉਹ ਮੰਗਦਾ ਨਹੀਂ ਹੁੰਦਾ ਜੇ ਮੰਗੇ ਤੇ ਉਹ ਕੁੱਤਾ ਨਹੀਂ ਹੁੰਦਾ ਤੂੰ ਮੰਗਿਆ ਇਸ ਲਈ ਕੁੱਤਾ ਨਹੀਂ ਹੈ ਇਹਨੇ ਮੰਗਿਆ ਨਹੀਂ ਇਹ ਕੁੱਤਾ ਹੈ ਪੂਰੀ ਅਵਸਥਾ ਦਾ ਪਾਈ ਆਨੰਦ ਲਾਲ ਤੂੰ ਜਾਣੇ ਤੇਰੇ ਨਾਲ ਬੀਤੀ ਐ ਅਸੀਂ ਤਾਂ ਤੇਰੀ ਕਹਾਣੀ ਕਰਨ ਵਾਲੇ ਆ ਆਨੰਦ ਲਾਲ ਦੀ ਚੀਕ ਨਿਕਲ ਗਈ ਉੱਠ ਕੇ ਧਰ ਕੇ ਸਿਰ ਗੁਰੂ ਦੇ ਚਰਨਾਂ ਤੇ ਕਹਿੰਦਾ ਗਰੀਬ ਨਵਾਜ਼ ਅੱਜ ਪਤਾ ਚੱਲਿਆ ਤੇਰੇ ਘਰ ਦਾ ਕੁੱਤਾ ਹੋਣਾ ਵੀ ਕਿੱਡੇ ਮਾਣ ਦੀ ਗੱਲ ਐ ਮੈਂ ਤੇ ਕੁੱਤਾ ਵੀ ਨਹੀਂ ਬਣ ਸਕਿਆ ਤੇਰੇ ਦਰਦ ਦਾ ਕੁੱਤਾ ਬਣਨਾ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਐ ਮੈਂ ਤੇ ਕੁੱਤਾ ਨਹੀਂ ਬਣ ਸਕਿਆ ਮਾਰੇ ਕਹਿੰਦੇ ਹੁਣ ਸਭ ਕੁਝ ਬਣ ਗਿਆ बन ਗਿਆ ਹੁਣ ਸਭ ਕੁਝ ਸੁਨਿਆਰ ਸੋਨੇ ਤੇ ਦ੍ਰਿਸ਼ਟੀ ਰੱਖਦਾ ਕਹਿੰਦਾ ਰਾਈ ਜਿੰਦਾ ਵੀ ਇਹਦੇ ਵਿੱਚ ਖੋਟ ਨਹੀਂ ਚਾਹੀਦੀ ਕੱਲ ਨੂੰ ਕੋਈ ਮੇਰੀ ਬਦਨਾਮੀ ਨਾ ਕਰੇ ਤੇ ਇਹਦੇ ਖੋਟ ਹੈ ਗੁਰੂ ਕਹਿੰਦਾ ਮੇਰੇ ਸਿੱਖ ਵਿੱਚ ਰਾਈ ਜਿੰਨੇ ਵੀ ਖੋਟ ਨਾ ਰਹਿ ਜਾਏ ਹਉਮੈ ਨੂੰ ਐਨ ਨਿਖਾਰ ਦਿਆਂ ਤੇ ਏਸੇ ਕਰਕੇ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਜੋ ਸ਼ਬਦ ਮਹਾਪੁਰਸ਼ਾਂ ਤੋਂ ਸੁਣਿਆ ਸੀ ਤੁਸੀਂ ਹਸਤੀ ਸਿਰਜੂ ਅੰਕਸ ਹੈ ਅਹਰਣ ਜਿਉ ਸਿਰ ਦੇ ਦਾਸਾਂ ਦੇ ਕੋਲੋਂ ਜਿਹੜੀਆਂ ਪੋਥੀਆਂ ਗੁਰੂ ਨੇ ਲਖਵਾਈਆਂ ਉਹਦੇ ਵਿੱਚ ਇਸੇ ਤਰ੍ਹਾਂ ਇਹ ਅਰਥ ਲਿਖਿਆ ਹੋਇਆ ਵਿਸਥਾਰ ਦੇ ਨਾਲ ਲਿਖਿਆ ਮੈਂ ਅਰਥ ਨਹੀਂ ਸੁਣਾ ਰਿਹਾ ਮੈਂ ਟੂਕ ਮਾਤਰ ਗੱਲ ਕਰ ਰਿਹਾ ਤੁਹਾਡੇ ਨਾਲ ਇਹਦੇ ਵਿੱਚ ਬਾਤ ਕੀ ਹੈ ਇਹਦੇ ਵਿੱਚ ਦਸਤਾੰਤ ਹੈ ਇਹਦੇ ਵਿੱਚ ਸਤਿਗੁਰੂ ਨੇ ਬਾਅਦ ਜ ਦਸਤਾੰਤ ਲਿਆ ਆਪਣੇ ਤੇ ਹੰਡਾਈ ਗੱਲ ਕੀਤੀ ਹੈ ਕਹਿੰਦੇ ਇੱਕ ਲੋਹੇ ਦਾ ਟੁਕੜਾ ਜ਼ਮੀਨ ਦੇ ਵਿੱਚ ਕਿਤੇ ਮਿੱਟੀ ਘੱਟੇ ਦੇ ਵਿੱਚ ਰੁਲਦਿਆਂ ਰੁਲਦਿਆਂ ਨੂੰ ਕਈ ਬਰਸਾਤਾਂ ਉੱਤੇ ਲੰਘ ਗਈਆਂ ਤੇ ਲੋਹੇ ਦੇ ਉੱਤੇ ਜਰ ਪੈ ਗਈ ਜਰ ਦਾ ਖਾਦਾ ਹੋਇਆ ਲੋਹਾ ਕਿਸੇ ਲੋਹਾਰ ਦੇ ਹੱਥ ਵਿੱਚ ਆ ਗਿਆ ਤੇ ਲੋਹਾਰ ਨੂੰ ਵੇਖ ਕੇ ਰੋ ਪਿਆ ਕਹਿਣ ਲੱਗਾ ਦੇਖ ਹੁਣ ਤੱਕ ਤਾਂ ਮੈਂ ਜਿੰਨਾ ਰੁਲਣਾ ਸੀ ਰੁਲਦਿਆਂ ਮੈਂ ਹੁਣ ਤੇਰੇਆਂ ਹੱਥਾਂ ਵਿੱਚ ਆ ਗਿਆ ਮੇਰਾ ਕੁਝ ਬਣਾ ਦੇਈ ਮੈਂ ਤਾਂ ਰੁਣਨ ਤੋਂ ਬਿਨਾਂ ਕੁਝ ਨਹੀਂ ਖਟਿਆ ਬੜੀਆਂ ਠੋਕਰਾਂ ਖਾ ਲਈਆਂ ਲੋਹਾਰ ਕਹਿਣ ਲੱਗਾ ਸੱਜਣਾ ਇੱਕ ਵਾਅਦਾ ਕਰ ਵਾਅਦਾ ਕਰੇ ਜੋ ਵੀ ਮੈਂ ਕਰਾਂਗਾ ਤੇਰੇ ਭਲਾਏ ਵਿੱਚ ਕਰਾਂਗਾ ਪਰ ਤੂੰ ਇਤਰਾਜ਼ ਨਹੀਂ ਕਰੇਂਗਾ ਤੂੰ ਬਿਲਕੁਲ ਸਮਰਪਿਤ ਹੋ ਜਾ ਕਹਿਣ ਲੱਗਾ ਜੀ ਮੈਂ ਸੁਵਰਕ ਕਹਿੰਦੇ ਦੇਖ ਮੈਂ ਤੈਨੂੰ ਪੱਠੀ ਜੀ ਵੀ ਪਾਵਾਂਗਾ ਜੇ ਤੂੰ ਕੱਲ ਨੂੰ ਚੀਕਾ ਮਾਰਨੀ ਆ ਵੀ ਚੰਗਾ ਲੋਹਾਰ ਦੇ ਹੱਥ ਵਿੱਚ ਐ ਮੈਨੂੰ ਭੱਠੀ ਵਿੱਚ ਦੇ ਦਿੱਤਾ ਮੈਨੂੰ ਫੂਕ ਦਿੱਤਾ ਜੇ ਚੀਕਾ ਮਾਰੀਆ ਮੈਂ ਤੇਰਾ ਕੱਖ ਵੀਰੀ ਬਣਾ ਸਕਦਾ ਅੱਗ ਦਾ ਤਾ ਸਹਿਣਾ ਪਏਗਾ ਕਹਿੰਦਾ ਜੀ ਸਹਾਂਗਾ ਕਹਿੰਦੇ ਫੇਰ ਤੈਨੂੰ ਐਰਨ ਦੇ ਉੱਤੇ ਰੱਖ ਕੇ ਕਟਾਂਗਾ ਵੀ ਤੂੰ ਕਿ ਸੈਨ ਕਰੇਂਗਾ ਕਹਿੰਦਾ ਜੀ ਮੈਂ ਸੈਨ ਕਰਾਂਗਾ ਕਹਿੰਦੇ ਫੇਰ ਤੇਰਾ ਕੁਝ ਬਣ ਵੀ ਜਾਊਗਾ ਲੋਹਾਰ ਨੇ ਭੱਠੀ ਵਿੱਚ ਪਾ ਦਿੱਤਾ ਤੇ ਜਦੋਂ ਅੱਗ ਵਰਗਾ ਗਰਮ ਹੋ ਗਿਆ ਲਾਲ ਹੋ ਗਿਆ ਉਹਨੇ ਅਹਿਰਨ ਦੇ ਉੱਤੇ ਆਪਣਾ ਸਿਰ ਰੱਖ ਦਿੱਤਾ ਅਹਿਰਨ ਜਿਉ ਸਿਰ ਦੇ ਉਸ ਲੋਹੇ ਨੇ ਸਿਰ ਰੱਖ ਦਿੱਤਾ ਅਹਿਰਨ ਦੇ ਉੱਤੇ ਮੈਂ ਸਮਰਪਤ ਹਾਂ ਮੈਂ ਤੇਰੇ ਤਾਦ ਦਿੱਤੇ ਤੋਂ ਵੀ ਘਬਰਾਇਆ ਨਹੀਂ ਤੇ ਮੈਂ ਤੇਰੀਆਂ ਸੱਟਾਂ ਬੇਦ ਹਥਿਆਰ ਇਹ ਹਥੌੜੇਨ ਗਿਆਨ ਦੇ ਇਹ ਬਾਹਜ ਦਿਸਤਾਂਤ ਹੀ ਇਹ ਬੜੇ ਵਿਸਤਾਰ ਵਾਲਾ ਸ਼ਬਦ ਹੈ ਅਰਤੀ ਭਾਵ ਦੇ ਵਿੱਚ ਬਹੁਤ ਆਨੰਦ ਹੈ ਕ ਪਰ ਮੈਂ ਕੇਵਲ ਸਮੇਂ ਦੇ ਤਗਾਦੀ ਰੱਖਦੇ ਹੋਏ ਨਾ ਧਿਆਨ ਦੇ ਵਿੱਚ ਮੈਂ ਦਿਸਤਾਂਤ ਤੇ ਤੁਹਾਨੂੰ ਸੰਖੇਪ ਕਰ ਰਿਹਾ ਹਾਂ ਉਹਨੇ ਕੁੱਟ-ਕੁੱਟ ਕੇ ਬਾਰ-ਬਾਰ ਪਠੀ ਜਿ ਦਿੱਤਾ ਬਾਰ-ਬਾਰ ਕੁੱਟਿਆ ਜਦੋਂ ਦੇਖਿਆ ਵੀ ਇਹ ਬਿਲਕੁਲ ਸਮਰਪਤ ਹੋ ਗਿਆ ਉਹਨੇ ਇੱਕ ਕੁੰਡਾ ਬਣਾਤਾ ਜਿਹਨੂੰ ਅੰਕਸ ਕਹਿੰਦੇ ਅੰਕਸ ਬਣ ਗਿਆ ਕੁੰਡਾ ਚਾਰ ਪਾਇਆਂ ਵਿੱਚ ਸਭ ਤੋਂ ਵੱਡਾ ਕੱਦਾਵਰ ਜਾਨਵਰ ਹਾਥੀ ਹੈ। ਤੇ ਹਾਥੀ ਕਿਸੇ ਚੀਜ਼ ਤੇ ਨਹੀਂ ਉੱਨਾ ਡਰਦਾ ਜਿੰਨਾ ਕੁੰਡੇ ਤੇ ਡਰਦਾ ਹੈ। ਨਾਨਕ ਹਸਤੀ ਕੁੰਡੇ ਬਾਹਰ ਫਿਰ ਫਿਰ ਉਜੜ ਪਾਏ। ਉਜਾੜਾਂ ਚਲਾ ਜਾਂਦਾ ਹੈ। ਹਥਵਾਨ ਦੇ ਕੋਲ ਜਿਹੜਾ ਹੱਥ ਵਿੱਚ ਕੁੰਡਾ ਹੈ ਮੈਂ ਚੰਡੀਗੜ੍ਹ ਬਾਬਾ ਜੀ ਤੁਹਾਡੇ ਇਲਾਕੇ ਦੇ ਵਿੱਚ ਇੱਕ ਵਾਰੀ ਆਪਣੇ ਅੱਖੀ ਵੀ ਵੇਖਿਆ। ਤੁਸੀਂ ਵੀ ਦੇਖਿਆ ਹੋਣਾ ਆ ਇੱਕ ਵਾਰੀ ਗਣੇਸ਼ ਜੀ ਪ੍ਰਗਟ ਹੋ ਗਏ ਸੀ ਸਾਡੇ ਉੱਤੇ ਹਿੰਦੂਸਤਾਨ ਦੀ ਧਰਤੀ 'ਚ ਸ਼ਾਇਦ ਤੁਸੀਂ ਵੀ ਸੁਣਿਆ ਹੋਵੇ। ਅਖੇ ਜੀ ਗਣੇਸ਼ ਜੀ ਦੁੱਧ ਪੀਣ ਲੱਗ ਪਏ ਐਡੇ ਲੋਕ ਪਾਗਲ ਹੋਏ 100 ਰੁਪਏ ਕਿਲੋ ਦੁੱਧ ਹੋ ਗਿਆ ਉਸ ਵੇਲੇ ਸਾਰੀ 10-15 ਰੁਪਏ ਕਿਲੋ ਹੁੰਦਾ ਸੀ ਚੰਡੀਗੜ੍ਹ ਦੇ ਵਿੱਚ ਜਿਹੜਾ ਜਾਵੇ ਹੀ ਗਣੇਸ਼ ਦੀ ਮੂਰਤੀ ਦੇ ਪਾਈ ਜਾਵੇ ਕਿ ਸਾਰਾ ਪੀ ਜਾਂਦਾ ਉਹ ਮੈਂ ਕਿਹਾ ਜਿੱਦੇ ਜੰਜੂ ਲੈਂਦੇ ਸੀ ਉਦੋਂ ਦਾ ਪ੍ਰਗਟਾਣਾ ਹੋਇਆ ਹੁਣ ਕਿੱਥੋਂ ਲਿਆਉਂਦਾ ਤੁਸੀਂ ਦੁੱਧ ਪੀਣ ਵਾਲਾ ਦੇ ਦਤਾ ਐ ਅਖੇ ਜੀ ਇਹ ਪ੍ਰਚਾਰ ਤੁਹਾਡਾ ਠੀਕ ਨਹੀਂ ਮੈਂ ਤੁਹਾਡੀਆਂ ਗੱਲਾਂ ਠੀਕ ਨਾ ਦੁੱਧ ਕਿਸੇ ਬੱਚੇ ਨੂੰ ਪਿਵਾਓ ਕਿਸੇ ਗਰੀਬ ਨੂੰ ਦਿਵਾਓ ਇਹ ਕਿਹੜੇ ਹਾਥੀ ਨੂੰ ਗਣੇਸ਼ ਮੰਨ ਕੇ ਕੁਆਂਟਲ ਕੁਆਂਟਲ ਸੇਵ ਜਿਉਂ ਲੱਗੇ ਖਵਾਉਣ ਤੇ ਹਾਸੀ ਮਸਤ ਗਿਆ ਤੇ ਇੱਕ ਦਿਨ ਚਿੜੀਆ ਘਰ ਦੇ ਚੋਂ ਫਰਾਰ ਹੋ ਗਿਆ ਤੇ ਚੰਡੀਗੜ੍ਹ ਦੀਆਂ ਗਲੀਆਂ ਵਿੱਚ ਸੜਕਾਂ ਤੇ ਆ ਉਤਰਿਆ ਮੈਂ دیਵਾਨ ਲਾਉਣ ਚੱਲਿਆ ਸੀ ਕਹਿੰਦੇ ਜੀ ਇੱਧਰ ਨਾ ਜਾਇਓ ਇੱਧਰ ਗਣੇਸ਼ ਜੀ ਫਿਰਦੇ ਆ ਮੈਂ ਕਹਾ ਜੀ ਅੱਜ ਮੈਂ ਵੀ ਦੇਖ ਲੈਣਾ ਗਣੇਸ਼ ਨੂੰ ਅਖੇ ਕਹੇ ਦੇਖੋ ਮੈਂ ਕਹਾ ਕੀ ਹੈ ਕਹਿੰਦੇ ਜੀ ਫੌਜ ਬੁਲਾਈ ਆ ਗਣੇਸ਼ ਨੂੰ ਕਾਬੂ ਕਰਨ ਵਾਸਤੇ ਮੈਂ ਕਹਾ ਵਾਹਿਗੁਰੂ ਸੱਚੇ ਪਾਤਸ਼ਾਹ ਇੱਕੋ ਹੀ ਦੇਵਤਾ ਭੇਜਿਆ ਦੇਖੀ ਕਿਤੇ ਹੋਰ ਦੇਵਤਾ ਨਾ ਭੇਜੇ 33 ਕਰੋੜ ਨਾ ਉਜੜ ਜਾਏਗਾ ਹਿੰਦੁਸਤਾਨ ਇੱਕੋ ਦੇਵਤੇ ਨੇ ਬਖਤ ਭਾ ਦਤਾ ਤੇ ਜਦੋਂ ਮੈਂ ਗਿਆ ਸਾਹਮਣੇ ਜਿਹੜਾ ਗਣੇਸ਼ ਜੀ ਦਾ ਹਾਲ ਦੇਖਿਆ ਮੇਤੋਂ ਪੂਰਾ ਨਹੀਂ ਬਿਆਨ ਕਰ ਹੁੰਦਾ ਉਹਨਾਂ ਦੇ ਦੂਰ ਤੋਂ ਇੱਕ ਦੂਸਰਾ ਕਾਰਤੂਸ ਹੁੰਦਾ ਜਿਹੜਾ ਜਾ ਕੇ ਟੀਕੇ ਵਾਂਗੂ ਲੱਗ ਜਾਂਦਾ ਤੇ ਉਹਨੂੰ ਥੋੜੀ ਜੀ ਬੇਹੋਸ਼ੀ ਹੋਈ ਜਦੋਂ ਮੈਂ ਗਿਆ ਤੇ ਜਿਵੇਂ ਮਜਬੀ ਨਾ ਮਰੇ ਹੋਏ ਪਸੂ ਨੂੰ ਕਿਸੇ ਹੀਟ ਕਿਸੇਡ ਕੇ ਉਹ ਚੜਦੇ ਹੁੰਦੇ ਆ ਜਿੱਥੇ ਲਜਾਣਾ ਉਹਨਾਂ ਨੇ ਹੱਡ-ਹੱਡ ਉਹਦੇ ਲੈਦੇ ਕਰਕੇ ਚੌੜੀ ਲਾਉਣੀ ਹੁੰਦੀ ਆ ਤੇ ਉਹ ਉਹਦੇ ਕੰਨਾਂ ਦੇ ਵਿੱਚ ਮਾਂ ਵਾਰ ਕੇ ਜੇ ਚੀਕਾਂ ਮਾਰੇ ਤੇ ਉਹਦਾ ਬੁਰਾ ਹਾਲ ਹੋਇਆ ਪਿਆ ਮੈਂ ਖਾ ਉਹ ਪ੍ਰਭੂ ਇੱਕ ਤਾਂ ਗੱਲ ਦੱਸ ਦਿਓ ਜਾਂ ਤਾਂ ਇੰਨਾ ਇਹਨੂੰ ਮਸਤੌਣਾ ਨਹੀਂ ਸੀ ਇਹਨੂੰ ਇੰਨਾ ਦੁੱਧ ਨਹੀਂ ਸੀ ਪਿਉਣਾ ਇਹਨੂੰ ਇਹਨੇ ਸੇਵ ਨਹੀਂ ਸੀ ਖਲਾਉਣਾ ਤੇ ਫੇਰ ਜਾਂ ਆ ਹਾਲ ਨਹੀਂ ਸੀ ਕਰਨਾ ਇੱਕ ਪਾਸੇ ਦੇਵਤੇ ਮੰਨ ਕੇ ਇੱਕ ਪਾਸੇ ਕਸਾਈਆਂ ਵਾਲਾ ਕੰਮ ਵੀ ਇਹਦੇ ਨਾਲ ਕਰਦੇ ਹੋ ਇਹ ਹਾਲ ਜਿਹੜਾ ਨਾ ਅਗਿਆਨ ਕਰਕੇ ਹੀ ਗਿਆਨਹੀਣ ਅਗਿਆਨ ਪੂਜਾ ਅੰਧ ਵਰਤਾਰਾ ਫੋਰਦੂ ਜਾ ਗੁਰੂ ਕਿਰਪਾ ਕਰੇ ਖਾਲਸੇ ਦੇ ਉੱਤੇ ਮਹਾਰਾਜ ਸਾਹਿਬ ਦਾ ਮਿਹਰ ਪ੍ਰਿਆਹਤ ਹੈ ਹਸਤੀ ਸਿਰ ਜੋ ਅੰਕਸ ਹੈ ਮਹਾਰਾਜ ਕਹਿੰਦੇ ਸਿਖਾ ਤੋਂ ਉਹੀ ਲੋਹਾ ਹੈ ਜਿਹੜਾ ਜਨਮਾਂ ਜਨਮਾਂ ਤਰਾਂ ਦੇ ਅੰਦਰ ਮੈਲ ਦਾ ਖਾਦਾ ਹੈ ਜਨਮ ਜਨਮ ਕੀ ਇਸਮਨ ਕੋ ਮਲ ਲਾ ਕੇ ਤੂੰ ਗੁਰੂ ਰੂਪ ਲੋਹਾਰ ਦੇ ਹੱਥਾਂ ਵਿੱਚ ਆ ਗੁਰੂ ਨਾਨਕ ਦੇ ਸਤ ਸੰਗਤ ਰੂਪ ਭੱਠੀ ਵਿੱਚ ਪੈਣਾ ਕਬੂਲ ਕਰਕੇ ਮੈਂ ਸੰਗਤ ਵਿੱਚ ਆਇਆ ਕਰਾਂਗਾ ਤੂੰ ਗੁਰਬਾਣੀ ਦੇ ਨਿਸ਼ਚੇ ਦੀ ਐਰਣ ਧਾਰਨ ਕਰ ਤੂੰ ਗੁਰਬਾਣੀ ਦੇ ਅਣੀਆਲੇ ਜਿਹੜੇ ਤੀਰ ਨੇ ਜਿਵੇਂ ਇਹਨਾਂ ਨੂੰ ਕਿਤੇ ਕਿਤੇ ਤੀਰ ਕਿਹਾ ਕਿਤੇ ਬਦੇ ਹਥਿਆਰ ਵੀ ਕਿਹਾ ਇਹਦੀਆਂ ਸੱਟਾਂ ਸਹਿ ਅਣੀਆਲੇ ਤੀਰ ਨੇ ਹਰ ਪ੍ਰੇਮ ਬਾਣੀ ਮਨ ਮਾਰਿਆ ਮਨ ਸੌਖਾ ਜਾਨੀ ਮਰ ਜਾਂਦਾ ਮੇਰੇ ਵੱਡੇ ਮਹਾਪੁਰਸ਼ ਕਹਿੰਦੇ ਹੁੰਦੇ ਸਨ ਕਹਿੰਦੇ ਮਨ ਸ਼ੈਤਾਨਾ ਬੇਈਮਾਨਾ ਓਏ ਮਰ ਜਾ ਮਗਰੋਂ ਲੈ ਜਾ ਨਿਤ ਸਿਆਪੇ ਕਰਦਾ ਰਹਿੰਨੇ ਪਲ ਤੋਂ ਪਲ ਤਾਂ ਬਹਿ ਜਾ ਮਨ ਸ਼ੈਤਾਨਾ ਬੇਈਮਾਨਾ ਮਰ ਜਾ ਮਗਰੋਂ ਲੈ ਜਾ ਨਿਤ ਸਿਆਪੇ ਕਰਦਾ ਰਹੇ ਨੇ ਪਲ ਦੋ ਪਲ ਤੋਂ ਬਹਿ ਜਾ ਲੱਖ ਚਰੋਸੀ ਭੋਂਦਾ ਫਿਰਦਾ ਸਿੱਧੇ ਰਸਤੇ ਪੈ ਜਾ ਦਾਸਾ ਤੇਰੇ ਸਾਥੀ ਚੱਲਗੇ ਤੂੰ ਉਹਨਾਂ ਪਿੱਛੇ ਰਹਿ ਜਾ ਮਨ ਕੋ ਛੋਟੀ ਜੀ ਬਾਤ ਨਹੀਂ ਤੇ ਜਿਸ ਵੇਲੇ ਮਨ ਵਿੱਚ ਹੈ ਸਤਿਗੁਰ ਕੇ ਪਾਸ ਲੋਹਾਰ ਦੇ ਕੋਲ ਵੇਚ ਦਿੱਤ ਉਹਨੇ ਹਥਿਆਰ ਅਰ ਬਣਾਇਆ ਕੀ ਜਿਵੇਂ ਪ੍ਰਤੱਖ ਲੋਹੇ ਦਾ ਕੁੰਡਾ ਬਣਿਆ ਤੇ ਹਾਥੀ ਦੇ ਸਿਰ ਤੇ ਚੜ ਕੇ ਰਾਜ ਦਾ ਅਰਥ ਹੁਕਮ ਹੁੰਦਾ ਹੈ ਹਾਥੀ ਦੇ ਉੱਤੇ ਹੁਕਮ ਕਰ ਰਿਹਾ ਹੈ ਯਾਨੀ ਰਾਜ ਕਰ ਰਿਹਾ ਕੁੰਡਾ ਪਰ ਪਹਿਲਾਂ ਭੱਠੀ ਵਿੱਚ ਗਿਆ ਸੀ ਤੇ ਹਥੌੜੇ ਦੀਆਂ ਸੱਟਾਂ ਖਾਧੀਆਂ ਸਨ ਹਸਦੀ ਸਿਰ ਜਿਉਂ ਅੰਕਸ ਹੈ ਐਹਰਣ ਜਿਉਂ ਸਿਰ ਦੇ ਮੰਨਤਾ ਨੇ ਆਗੇ ਰੱਖ ਕੇ ਉਭੀ ਸੇਵਕ ਇਉਂ ਇਉਂ ਸ਼ਬਦ ਕਹਿੰਦਾ ਹੈ ਇਉਂ ਗੁਰਮਖ ਆਪ ਨਿਵਾਰੀ ਹੈ ਸਭ ਰਾਜ ਸ੍ਰੇਸ਼ਟ ਕਾਲੇ ਗੁਰਤਾ ਗੱਦੀ ਦੇ ਮਾਲਕ ਬਣੇ ਬਾਈ ਨੰਦ ਲਾਲ ਸਿੰਘ ਜੀ ਜਿਸ ਵੇਲੇ ਸਾਰੀ ਹੌਮੇ ਨਿਕਲ ਗਈ ਔਰ ਇਕਾਂਤ ਵਿੱਚ ਕੱਲਾ ਬਹਿ ਬਹਿ ਕੇ ਰਹਿੰਦਾ ਕਹਿੰਦਾ ਤੂੰ ਤਾਂ ਕੁੱਤਾ ਬਣਨ ਦੇ ਲਾਇਕ ਤੈਨੂੰ ਗੁਰੂ ਨੇ ਸਵੀਕਾਰ ਹੀ ਨਹੀਂ ਕੀਤਾ ਅਸੀਂ ਆਪਣੇ ਆਪ ਨੂੰ ਕਹੀਂ ਜਾਵੇ ਅਸੀਂ ਸੇਖਾਂ ਅਸੀਂ ਸੰਤਾਂ ਕਹੀਂ ਜਾਓ ਨਾਲਦਿਆਂ ਤੇ ਕਹਾ ਲੋ ਕੀ ਹੋ ਜਾਊਗਾ ਕਾਹਨ ਦੇ ਨਾਲ ਕੁਝ ਨਹੀਂ ਹੁੰਦਾ ਮੈਂ ਇੱਕ ਬੰਦੇ ਦਾ ਨਾਮ ਡੀਸੀ ਰੱਖਿਆ ਵੇ ਦੇਖਿਆ ਉਸ ਮਲੇ ਕੋਲ ਦੇ ਕੋਲ ਅਜੇ ਵੀ ਉੱਥੇ ਸਾਡੇ ਕਮਾਂਡ ਚ ਰਹਿੰਦਾ ਹੋਣਾ ਕਹਿੰਦਾ ਜੀ ਸਿਆਣ ਲਿਆ ਮਖਾ ਡੀਸੀ ਸਾਹਿਬ ਕਹਿੰਦੇ ਹਾਂ ਜੀ ਡੀਸੀ ਦਾ ਚਪੜਾ ਸੀ ਵੀ ਨਹੀਂ ਰਿਹਾ ਉਹ ਨੌ ਰਖਾਣ ਨਾਲ ਕੀ ਹੋ ਜਾਂਦਾ ਮੇਰੇ ਭਰਾ ਨੇ ਕੁੱਤੇ ਦਾ ਨਾਮ ਡਿਊਟੀ ਰੱਖ ਲਿਆ ਉਧਰ ਆ ਗਿਆ ਉਹਦੇ ਮੇਰੇ ਭਤੀਜੇ ਨੇ ਪਤਾ ਨਹੀਂ ਕੀ ਕਰ ਲਿਆ ਪੁਲਿਸ ਆ ਗਈ ਪੜਨ ਵਾਸਤੇ ਤੇ ਉਹ ਕੁੱਤਾ ਖੁੱਲਾ ਸੀ ਜਿਹਦਾ ਨਾਮ ਡਿਊਟੀ ਰੱਖਿਆ ਤੇ ਭਾਈ ਉਹ ਕਹਿੰਦੇ ਕੀ ਗੱਲ ਕਹਿੰਦੇ ਜੀ ਥਾਣੇਦਾਰ ਆਇਆ ਕਹਿੰਦਾ ਤੂੰ ਐਂ ਕਰ ਥਾਣੇਦਾਰ ਦੇ ਕੋਲ ਮੈਂ ਚੱਲਦਾ ਡਿਊਟੀ ਨੂੰ ਸਾਹ ਉਹ ਥਾਣੇਦਾਰ ਕਹਿੰਦਾ ਜੀ ਮੈਂ ਇੱਥੇ ਕੀ ਕਰਨਾ ਜੀ ਡੀਸੀ ਸਾਹਿਬ ਉਹ ਬਾਹਰ ਦੀ ਚਲੇ ਗਿਆ ਕਈ ਵਾਰੀ ਨਾਮ ਦਾ ਪ੍ਰਵਾਹ ਦੇ ਕੇ ਗਲਤ ਗੱਲਾਂ ਵੀ ਹੋ ਜਾਂਦੀਆਂ ਕੀ ਹੋ ਗਿਆ ਨਾਮ ਰੱਖਣ ਦੇ ਨਾਲ ਫਿਰ ਉਹ ਕੁਝ ਬਣ ਗਿਆ ਇੱਕ ਕੁੱਤਾ ਹੈ ਉਹਦਾਂ ਨੇ ਡਿਉਟੀ ਰੱਖਿਆ ਬੰਦੇ ਨਾਲ ਡੀਸੀ ਰੱਖ ਲਿਆ ਕੁਝ ਨਹੀਂ ਹੈ ਤੇ ਜਿਸ ਵੇਲੇ ਦੇਖਿਆ ਮੈਂ ਕੁਝ ਵੀ ਨਹੀਂ ਤਾ ਕੁਛ ਪਾਈ ਹੈ ਜੋ ਹੋਈ ਹੈ ਰੇਨਾ ਮਹਾਰਾਜ ਨੇ ਵੇਖ ਲਿਆ ਕਿ ਹੁਣ ਇਹ ਐਸ ਵੇ ਗੱਲ ਆਉਣ ਵਾਲਾ ਹੈ ਤੇ ਗੁਰੂ ਦੇ ਦੁਹਾਰੇ ਦੇ ਵਿੱਚ ਕਈ ਖੇਡਾਂ ਵਰਦੀਆਂ ਇੱਕ ਆਨੰਦਪੁਰ ਸਾਹਿਬ ਦੇ ਨਾਲ ਲੱਗੇ ਇੱਕ ਨਗਰ ਸੀ ਉਹਦਾ ਇਤਿਹਾਸ ਵਿੱਚ ਨਾਂ ਨਹੀਂ ਆਇਆ ਕਿਹੜਾ ਨਗਰ ਸੀ ਇਉਂ ਹੀ ਲਿਖਿਆ ਕਿ ਕੋਈ ਨਗਰ ਸੀ ਲੱਗੇ ਉਸ ਨਗਰੀ ਕੀ ਬੜਾ ਗਰੀ ਪਰਵਾ ਰਹਿੰਦਾ ਰੋਟੀ ਸਵੇਰੇ ਪੱਕਦੀ ਐ ਸ਼ਾਮ ਨੂੰ ਨਹੀਂ ਪੱਕਦੀ ਉਹਦੇ ਘਰ ਵਾਲੀ ਕਹਿੰਦੀ ਦੇਖ ਉਦੋਂ ਬੀਬੀਆਂ ਕੰਮ ਨਹੀਂ ਸੀ ਕਰਦੇ ਹੁੰਦੀਆਂ ਸਾਡੇ ਭਾਰਤੀ ਐਸੀ ਪ੍ਰਥਾ ਸੀ ਬੰਦਾ ਹੀ ਕੰਮ ਕਰਦੇ ਉਹ ਕਹਿੰਦੇ ਤੂੰ ਬੰਦਾ ਐ ਤੇ ਕੁਛ ਨਾ ਕੁਛ ਤਾਂ ਘਰ ਨਿਆਣੇ ਭੁੱਖੇ ਬੈਠਿਆ ਨਿਆਣੇ ਦੀ ਭੁੱਖਰੀ ਵੇਖਦੀ ਕਹਿੰਦਾ ਕਰਾਂ ਤਾਂ ਕਰਾਂ ਕੀ ਰੋਜ਼ਗਾਰ ਮਿਲਦਾ ਨਹੀਂ ਬੈਠਾ ਬੈਠਾ ਕਹਿੰਦਾ ਲੈ ਵੀ ਭਾਗਵਾਨੇ ਮੈਨੂੰ ਹੁਣ ਇੱਕ ਸਕੀਮ ਫਰੀ ਹੈ ਬਈ ਹੁਣ ਤੂੰ ਚਿੰਤਾ ਨਾ ਕਰ ਰੋਟੀਆਂ ਕਮਾ ਦਿਆਂਗਾ ਤੇਰੇ ਵਾਸਤੇ ਉਮਰ ਭਰ ਦਿਆਂ ਅਖੇ ਕੀ ਕਹਿੰਦਾ ਮੈਂ ਚਲਿਆ ਆਨੰਦਪੁਰ ਵਾਲੇ ਗੁਰੂ ਦੇ ਕੋਲ ਅਖੇ ਤੂੰ ਉੱਥੇ ਕੀ ਕਰੇਗਾ ਕਹਿੰਦਾ ਮੈਂ ਸੁਣਿਆ ਵੀ ਇੱਕ ਇੱਕ ਲੱਖ ਰੁਪਈਆ ਇੱਕ ਇੱਕ ਕਵੀ ਨੂੰ ਕਵਤਾ ਸੁਣਨ ਲਈ ਦੇ ਦਿੰਦਾ ਕਲਗੀ ਵਾਲਾ ਦਾਤਾ ਉਹ ਕਹਿੰਦੀ ਤੂੰ ਕਦੇ ਕਵੀਆਂ ਦੇ ਕੋਲ ਵੀ ਨਹੀਂ ਬੈਠਾ ਕਹਿੰਦਾ ਕੋਈ ਨਹੀਂ ਪੇਟ ਬੜਾ ਕੁਛ ਕਰਾ ਲੈਂਦਾ ਮੈਂ ਵੀ ਟੁੱਟੇ ਫੁੱਟੇ ਕੁਛ ਨਾ ਕੁਝ ਜੋੜ ਕੇ ਅਕਰ ਮੈਂ ਕੁਛ ਨਾ ਕੁਛ ਤਾਂ ਨਾ ਲੱਖ ਨਾ ਸੀ ਹਜ਼ਾਰ ਤੋਂ ਆਪਣਾ ਤਾਂ ਕੰਮ ਉਹਦੇ ਨਾਲ ਹੀ ਚੱਲ ਜਾਣਾ ਕਹਿੰਦੀ ਚੰਗਾ ਜਾ ਘਰ ਵਾਲੀ ਨੇ ਤਿਆਰ ਕਰਕੇ ਭੇਜਦਾ ਜਿਵੇਂ ਸਦਾਮੇ ਦੇ ਘਰ ਵਾਲੀ ਨੇ ਕ੍ਰਿਸ਼ਨ ਜੀ ਦੇ ਕੋਲ ਭੇਜਿਆ ਸੀ ਸਦਾਮੇ ਨੂੰ ਜਿੱਥੇ 52 ਕਵੀਆਂ ਬਾਤੇ ਬਖਰੀ ਜਗਾ ਬਣੀ ਤੇ ਉਹਨਾਂ ਵਿੱਚ ਜਾ ਕੇ ਬਹਿ ਗਿਆ ਚੌੜਾ ਹੋ ਕੇ ਹੁਣ ਜਿਹੜਾ ਵੀ ਕਵੀ ਦੇਖਦਾ 52 ਕਵੀ 52 ਕਵੀਆਂ ਦਾ ਸਿਰਤਾਜ ਬਣਾ ਦਿੱਤਾ ਸੀ ਭਾਈ ਅਨੰਦ ਲਾਲ ਨੂੰ ਬੜੀ ਕਦਰ ਕੀਤੀ ਮਹਾਰਾਜ ਨੇ ਇੱਕ ਦੂਜੇ ਕੇ ਨਹੀਂ ਇਸ਼ਾਰੇ ਕਰਦੇ ਵੀ ਇਹ ਜਿਹੜਾ ਨਵਾਂ ਕਵੀ ਜਾਣਦਾ ਹੈ ਇਹ ਤੋਂ ਨਹੀਂ ਸੈਨ ਲੈ ਕੇ ਉਹਦੇ ਵਿੱਚ ਗੱਲਾਂ ਹੋ ਰਹੀਆਂ ਬੋਲ ਹੀ ਸਕਦੇ ਗੁਰੂ ਕੇ ਦਰਬਾਰ ਹੈ ਦੂਜਾ ਤੀਜਾ ਅਨੰਦ ਲਾਲ ਨੂੰ ਪੁੱਛਿਆ ਸਭ ਨੇ ਸਿਰ ਮਾਰਤਾ ਕਹਿੰਦੇ ਵੀ ਕੋਈ ਬਹੁਤ ਵੱਡਾ ਵਿਦਵਾਨ ਹੈ ਜਿਹੜਾ ਇਸ ਤਰ੍ਹਾਂ ਨਿਤੜਕਾ ਕੇ ਬਹਿ ਗਿਆ ਦਾ ਮਤਲਬ ਤੇ ਸਾਰਿਆਂ ਦੀ ਫੱਟੀ ਪੋਚ ਕੇ ਜਾਊਗਾ ਜੀ ਇਹਨੇ ਨੂੰ ਮੇਰੇ ਸ਼ਹਿਨਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅੱਗੇ ਬੈਠ ਗਏ ਤੇ ਭਾਈ ਦੇਆ ਸਿੰਘ ਕਹਿਣ ਲਗੇ ਮਹਾਰਾਜ ਕਵੀ ਦਰਬਾਰ ਸ਼ੁਰੂ ਹੋ ਜਾਏ ਆਪ ਜੀ ਦੀ ਅੱਗੇ ਮਹਾਰੇ ਕਹਿੰਦੇ ਹਾਂ ਕਹਿੰਦੇ ਮਹਾਰਾਜ ਦੱਸੋ ਕਿਹੜੀ ਕਵੀ ਤੋਂ ਸ਼ੁਰੂ ਕਹੀਏ ਗਰੀਬ ਨਵਾ ਨੀਚੋਂ ਉੱਚ ਕਰੇ ਮੇਰਾ ਗੋਮਦ ਨਿਗਾ ਟੇਗੀ ਕਹਿੰਦੇ ਆ ਜਿਹੜਾ ਨਵਾ ਆਇਆ ਕਹਿੰਦੇ ਇਹਨੂੰ ਲਿਆਓ ਮੇਰੇ ਕੋਲ ਆ ਲਿਆਓ ਜਿਹੜਾ ਨਵਾ ਆਇਆ ਉਹਨੇ ਕਿਹਾ ਵੀ ਵਾਕਿਆ ਗੁਰੂ ਅੰਤਰਜਾਮੀ ਹੈ ਬਹੁਤ ਵੱਡਾ ਕਵੀ ਹੋਏਗਾ ਚਲੋ ਕੋਈ ਲਾਭ ਲਮਾਂਗੇ ਮਹਾਰਾਜ ਕਹਿੰਦੇ ਅਗੇ ਆ ਮਹਾਰਾਜ ਕਹਿੰਦੇ ਸਜਣਾ ਤੂੰ ਕਵੀ ਹੈ ਕਹਿੰਦਾ ਨਹੀਂ ਜੀ ਕਵੀ ਤਾਂ ਮੈਂ ਹੈ ਨਹੀਂ ਮੈਂ ਗੁਰੂ ਦੇ ਦਰਵਾਜ਼ੇ ਚ ਝੂਠ ਥੋੜੀ ਬੋਲਣਾ ਕਹਿੰਦੇ ਫਿਰ ਤੂੰ ਕਵੀਆਂ ਚ ਕਿਉਂ ਬੈਠਾ ਹੈ ਕਹਿੰਦੇ ਜੀ ਕਵਤਾ ਸੁਣਾਉਣਾ ਆ। ਲਓ ਜੀ। ਇੱਕ ਉਹ ਬੰਦਾ ਭਾਈ ਅਨੰਦ ਲਾਲ ਉਹਦੀਆਂ ਅੱਖਾਂ ਵੱਲ ਵੇਖਦਾ ਕਿ ਕਹਿੰਦੇ ਕਵਤਾ ਸੁਣਾਵਾਂਗੇ ਤੇ ਕਵੀ ਹੈ ਨਹੀਂ। ਹਾ ਗੁਰੂ ਦੇ ਦਰ ਤਾਂ ਵੀ ਇਹੋ ਜੇ ਪਰਵਾਨ ਹੁੰਦੇ ਆ ਦੇਖੇ ਅੱਗੇ ਕੀ ਬਣਦਾ ਹੈ। ਮਾਰੇ ਕਹਿੰਦੇ ਅੱਛਾ ਲੈ ਅੱਜ ਦਾ ਕਵੀ ਦਰਬਾਰ ਤੇ ਤੈਨੂੰ ਸ਼ੁਰੂ ਕਰਾਂਗੇ। ਤੈਨੂੰ ਮੌਕਾ ਦਿੰਨੇ ਆ ਸੁਣਾ। ਕੁਝ ਆਉਂਦਾ ਹੋਵੇ ਤਾਂ ਸੁਣਾਵੇ। ਜਿਉ ਮਹਾਰਾਏ ਕਲੀ ਨੇਤਰਾ ਆ ਕਰਕੇ ਜਿਉ ਦੇਖੇਂਗਾ ਦੇਖੇਂਗਾ ਦੇਖ ਤ ਦੇਖ ਤ ਇਤਨਾ ਦੇਖ ਮਿਟ ਗਿਆ ਦੁਬਦਾ ਰਹਿ ਜਾ ਏਕ ਆਨੰਦ ਆ ਰਿਹਾ ਬੋਲਦਾ ਹੀ ਨਹੀਂ ਕਭੀ ਕਹਿਣ ਲਗੇ ਚੰਗਾ ਬੰਦਾ ਏ ਤੇ ਕੁਝ ਹੋਰ ਹੀ ਖੇਡਕਰੀਆਂ ਤੇ ਬੋਲਦਾ ਹੀ ਨਹੀਂ ਮਾਰੇ ਕਹਿੰਦੇ ਬੋਲਦਾ ਨਹੀਂ ਕਹਿੰਦਾ ਜੀ ਤੁਹਾਡੇ ਦਰਸ਼ਨ ਕਰਕੇ ਮੈਨੂੰ ਤਾਂ ਕਵਤਾਂ ਹੀ ਭੁੱਲ ਗਈ ਉਹ ਤਾਂ ਵਿਚਾਰਾ ਡੰਗ ਸਾਰ ਰਿਆ ਸੀ ਕਵਤ ਤਾਂ ਆਉਂਦੀ ਕੋਈ ਨਹੀਂ ਸੀ ਉਹਨੂੰ ਮੈਨੂੰ ਤਾਂ ਮਾਰਾ ਭੁੱਲ ਹੀ ਗਿਆ ਸਾਰਾ ਕੁਝ ਪ੍ਰਭ ਦੇਖਦੇ ਆਂ ਦੁੱਖ ਭੋਗ ਗਈ ਸਾਰਾ ਕੁਝ ਇਹ ਮਾਰਾ ਐਨੇ ਸੋਹਣੇ ਲੱਗਦੇ ਹੋ ਦਾਤਾ ਐਨੇ ਪਿਆਰੇ ਲੱਗਦੇ ਹੋ ਬਸ ਤੁਸੀਂ ਇਹ ਪੁੱਛਣਾ ਮੇਰੇ ਕੋਲੋਂ ਕੁਝ ਮੇਰੇ ਕੋਲ ਤਾਂ ਸ਼ਬਦ ਹੀ ਨਹੀਂ ਬਣਦੇ ਮੇਰੀ ਤਾਂ ਕਵਤਾ ਕੁਤਰ ਰੁਲ ਗਈ ਸਾਰੀ ਮਾਰੇ ਕਹਿੰਦੇ ਵਾਕੇ ਸਹੀ ਗੱਲ ਤੂੰ ਸੱਚ ਬੋਲ ਰਿਹਾ ਪਰ ਫਿਰ ਵੀ ਕੋਈ ਨਹੀਂ ਗੁਰੂ ਕਿਰਪਾ ਕਰੇਗਾ ਕੁਛ ਨਾ ਕੁਛ ਆ ਜਾਏਗਾ ਚੱਲ ਗੁਰੂ ਦੀ ਕਿਰਪਾ ਹੋ ਗਈ ਕਹਿੰਦਾ ਤੂੰ ਗਰੀਬ ਕੋ ਨਵਾਸ ਤੂੰ ਗਰੀਬ ਕੋ ਨਿਵਾਜ਼ ਦੂਸਰੀ ਵਾਰ ਫੇਰ ਮਾਰੇ ਕਹਿੰਦੇ ਗਾਹ ਨਹੀਂ ਕਹੇਗਾ ਕਹਿੰਦਾ ਜੀ ਗਾਹਣਾ ਕਹਿਣਾ ਕੀ ਹੈ ਗੱਲ ਤੇ ਤੁਹਾਡੀ ਤੇ ਮੇਰੀ ਹੋਈ ਆ ਤੀਸਰੇ ਦੀ ਤਾਂ ਗੱਲ ਕੋਈ ਨਹੀਂ ਹੈ ਤੂੰ ਗਰੀਬ ਕੋ ਨਿਵਾਜ਼ ਮੈਂ ਗਰੀਬ ਤੇਰੋ ਮੈਂ ਤੇਰੇ ਦਰ ਤੇ ਇੱਕ ਗਰੀਬ ਆ ਗਿਆ ਤੇ ਸੁਣਿਆ ਤੂੰ ਗਰੀਬਾਂ ਨੂੰ ਨਿਵਾਜਣ ਵਾਲਾ ਹੈ ਇਹ ਤਾਂ ਮੈਂ ਕਹਿ ਰਿਹਾ ਕਿ ਮੈਂ ਗਰੀਬ ਹਾਂ ਗੱਲ ਤਦ ਬਣੇਗੀ ਮੈਂ ਮੇਰੇ ਕੰਨ ਸੁਣ ਲੈਣ ਕਿ ਤੂੰ ਕਹਿ ਦੇ ਮੈਂ ਤੈਨੂੰ ਸਵੀਕਾਰ ਕਰ ਲਿਆ ਤੂੰ ਗਰੀਬ ਕੋ ਨਿਵਾਜ਼ ਮੈਂ ਗਰੀਬ ਤੇਰੋ ਬਸ ਇੱਕ ਵਾਰ ਇਤਨਾ ਕਹਿ ਦੋ ਕਿ ਤੂੰ ਗਰੀਬ ਮੇਰੋ ਮਹਾਰਾਜ ਉઠੇ ਸ਼ਹਿਨਸ਼ਾਹ ਨੇ ਘਟ ਕੇ ਛਾਤੀ ਦੇ ਨਾਲ ਲਾਇਆ ਕਹਿੰਦੇ ਸਿਖਾ ਜੋ ਮੰਗੇ ਤੈਨੂੰ ਉਹੀ ਦਿਆਂਗਾ ਅੱਜ ਤੱਕ ਤੇਰੇ ਘਰ ਦੇ ਹੀ ਗਰੀਬੀ ਸੀ ਤੇ ਮੰਗ ਲੈ ਗੁਰੂ ਕੋਲੋਂ ਕਹਿੰਦਾ ਦਾਤਾ ਘਰ ਤੋਂ ਚੱਲਿਆ ਤਾਂ ਸੀ ਮਾਇਆ ਮੰਗਣ ਮੈਂ ਨਹੀਂ ਮੰਗਣੀ ਮਾਇਆ ਇੱਕ ਵਾਰੀ ਛਾਤੀ ਨਾਲ ਘੁੱਟ ਕੇ ਲਾ ਲਿਆ ਮੇਰੇ ਤੇ ਜਨਮਾਂ ਜਨਮਾਂ ਤਣੇ ਕਮਾਈ ਸਭਲੀ ਹੋ ਗਈ ਮੈਨੂੰ ਤੇ ਮੈਨੂੰ ਚਾਹੀਦਾ ਹੀ ਕੁਛ ਨਹੀਂ ਤੇ ਤੋਂ ਬਿਨਾ ਹੁਣ ਬਿਨ ਤੋਂ 더 ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆਂ ਉਤਰੇ ਮਨ ਕੀ ਮਰਨ ਦੀ ਭੁੱਖ ਉਤਰ ਜਾਏ ਮਾਇਆ ਦੀ ਵੀ ਲੋੜ ਨਾ ਪਵੇ ਮਾਰੇ ਕਹਿੰਦੇ ਇਹ ਵੀ ਦਿੱਤਾ ਤੇ ਚਾਰ ਪਦਾਰਥ ਵੀ ਤੈਨੂੰ ਦਿੱਤੇ ਜਾ ਤੇਰੀਆਂ ਪੁਸ਼ਤਾ ਤੇ ਨਹੀਂ ਮੁਕੇਗਾ ਐਸੇ ਕਲੰਗੀ ਵਾਲੇ ਸਤਿਗੁਰੂ ਦੇ ਕੌਤਕ ਵੇਖ ਕੇ ਆਨੰਦ ਲਾਲ ਨੇ ਕਹਿ ਦਿੱਤਾ ਦਾਸ ਬਣ ਦੀ ਡਿਗਰੀ ਤੇ ਬਹੁਤ ਵੱਡੀ ਐ ਇਸ ਘਰ ਦੇ ਵਿੱਚ ਤਾਂ ਕੁੱਕਰ ਬਣ ਜਾਏ ਕੋਈ ਇਸ ਘਰ ਦੇ ਅੰਦਰ ਕੋਈ ਸੇਵਕ ਬਣਦਾ ਪਰ ਜਦੋਂ ਬਣੇਗਾ ਜਦੋਂ ਗੁਰੂ ਕਹੇਗਾ ਕਿ ਤੂੰ ਮੇਰਾ ਬਣ ਗਿਆ ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਨ ਮਾਪੁਰਖਾਂ ਨੇ ਮੇਰੀ ਡਿਊਟੀ ਲਾਈ ਸੀ ਵੀ ਦਾਸ ਦੇ ਪ੍ਰਥਾਏ ਕੁਝ ਕਹਿਣਾ ਤੇ ਗੁਰੂ ਕਿਰਪਾ ਕਰੇ ਸਮਾ ਸਮਾਪਤ ਹੈ ਇਹਦੇ ਨਾਲ ਹੀ ਹੁਣ ਅਨੰਦ ਸਾਹਿਬ ਦਾ ਪਾਠ ਜਿਹੜਾ ਹੈ ਕੀਰਤਨ ਕਰਨਗੇ ਮਾਪੁਰਖ ਸਾਰੀ ਬੋਲੇ ਸੋਨਹਿਰਾ ਪਹਿਲਾਂ ਪ੍ਰਬੰਧਕਾਂ ਵੱਲੋਂ ਕੁਝ ਵਿਚਾਰ ਆਪਜੀ ਸਰਵਨ ਕਰੋਗੇ ਉਸ ਤੋਂ ਬਾਅਦ ਜੋ ਅਗਲਾ ਪ੍ਰੋਗਰਾਮ ਸ੍ਰੀ ਤੋਂ ਅਨਾਉਂਸ ਹੋਏਗਾ ਮੈਂ ਇਥੋਂ ਦੀਆਂ ਸੰਗਤਾਂ ਦਾ 4 ਸਾਲ ਬਾਅਦ دیدار ਕੀਤਾ ਤੇ ਤੁਹਾਡੇ ਇਥੋਂ ਦੇ ਗੁਰਸਿੱਖਾਂ ਦਾ ਔਰ ਇੱਕ ਬੇਨਤੀ ਆਖਰ ਵਿੱਚ ਕਰਾਂਗਾ ਤੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਤਾਂ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਜ਼ੀਰ ਰਾਗੀ ਢਾਡੀ ਮਹਾਪੁਰਸ਼ਾਂ ਦਾ ਕਰਨਾ ਹੈ ਜਿਨ੍ਹਾਂ ਨੂੰ ਤੁਸੀਂ ਚੁਣ ਕੇ ਜਿਨ੍ਹਾਂ ਨੂੰ ਇਹ ਸੇਵਾ ਤੁਸੀਂ ਸੌਂਪਦੇ ਹੋ ਜਿਹੜੇ ਗ੍ਰੰਥੀ ਦੀ ਡਿਊਟੀ ਲੱਗ ਜਾਏ ਉਸ ਗ੍ਰੰਥੀ ਦਾ ਸਾਥ ਦੇਣਾ ਸਾਡਾ ਧਰਮ ਤੇ ਜਿਹੜੀ ਪ੍ਰਬੰਧਕ ਗੁਰਮਖ ਤੁਹਾਡੇ ਸਾਹਮਣੇ ਤੁਸੀਂ ਚੁਣ ਕੇ ਲੈ ਆਂਦੇ ਨਾ ਸਾਡਾ ਫਿਰ ਇਹ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦਾ ਸਾਥ ਲਈਏ ਤੇ ਉਹਨਾਂ ਦੇ ਕਿਸੇ ਕੰਮ ਵਿੱਚ ਰੁਕਾਵਟ ਨਾ ਪਾਈਏ ਤਾਂ ਕਿ ਪੰਥ ਦੀ ਵੀ ਚੜ੍ਹਦੀ ਕਲਾ ਹੋਵੇ ਤੇ ਗੁਰੂ ਘਰ ਦੀ ਚੜ੍ਹਦੀ ਕਲਾ ਹੋਵੇ ਭੁੱਲਾ ਚੁੱਕਾਂ ਦੀ ਖਿਵਾ ਕਰਨੀ ਜੀ ਬਲੌਫ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ